ਸਤਿ ਸ਼੍ਰੀ ਅਕਾਲ ਜੀ, ਵੈਲਕਮ ਇਨ ਦਿਸ ਸਪੈਸ਼ਲ ਪ੍ਰੋਗਰਾਮ ਹੋਮਿਓਪੈਥੀ ਵਿਦ ਡਾਕਟਰ ਚੌਧਰੀ। ਸਟੂਡੀਓ ਵਿੱਚ ਸਾਡੇ ਨਾਲ ਮੁੱਖ ਮਹਿਮਾਨ ਨੇ ਡਾਕਟਰ ਇਫਤਿਖਾਰ ਚੌਧਰੀ, ਹੋਮਿਓਪੈਥੀ ਔਰ ਹਰਬਲ ਦਵਾਈਆਂ ਦੇ ਐਕਸਪਰਟ ਨੇ। ਪਿਛਲੇ 27 ਸਾਲ ਤੋਂ ਨਿਊਯਾਰਕ ਦੇ ਵਿੱਚ ਪ੍ਰੈਕਟਿਸ ਕਰ ਰਹੇ ਨੇ ਅਤੇ ਹੁਣ ਤੱਕ ਹਜ਼ਾਰਾਂ ਮਰੀਜ਼ਾਂ ਦੇ ਇਲਾਜ ਕਰ ਚੁੱਕੇ ਨੇ ਕਾਮਯਾਬੀ ਦੇ ਨਾਲ। ਅਤੇ ਡਾਕਟਰ ਚੌਧਰੀ, ਸਵਾਗਤ ਹੈ ਤੁਹਾਡਾ ਸਟੂਡੀਓ ਦੇ ਵਿੱਚ। ਥੈਂਕ ਯੂ ਜੀ। ਅੱਜ ਅਸੀਂ ਜਿਸ ਟੋਪਿਕ 'ਤੇ ਗੱਲ ਕਰਨਾ ਚਾਹੁੰਦੇ ਹਾਂ, ਉਹ ਜਿਹੜਾ ਕਰਲ ਕਰਨ ਜਾ ਰਹੇ ਹਾਂ, ਉਹਦੀ ਸਮਝ ਲਓ ਇੱਕ ਤਰ੍ਹਾਂ ਦੀ ਬੜੀ ਡਿਮਾਂਡ ਹੈ ਪਬਲਿਕ ਤੋਂ ਜੀ। ਸਾਨੂੰ ਬਹੁਤ ਸਾਰੇ ਈਮੇਲਸ ਉਹਦੇ 'ਤੇ ਆਏ, ਅਸੀਂ ਵੀ ਕਾਫੀ ਉਹਦੇ 'ਤੇ ਰਿਸਰਚ ਵੀ ਕੀਤੀ ਔਰ ਕਾਫੀ ਲੋਕਾਂ ਦਾ ਇਹ ਦੇਖਿਆ ਕਿ ਇੱਕ ਐਸਾ ਟੋਪਿਕ ਹੈ ਜਿਹਦੇ 'ਤੇ ਲੋਕ ਬਹੁਤ ਆਪਣਾ ਸਵਾਲ ਪੁੱਛਣਾ ਚਾਹੁੰਦੇ ਨੇ, ਗੱਲ ਕਰਨਾ ਚਾਹੁੰਦੇ ਨੇ, ਲੇਕਿਨ ਥੋੜ੍ਹੇ ਸ਼ਾਏ ਹੁੰਦੇ ਨੇ ਜੀ। ਔਰ ਇਸ ਲਈ ਉਹ ਜ਼ਿਆਦਾਤਰ ਸਾਨੂੰ ਉਹਨਾਂ ਨੇ ਈਮੇਲ ਕਰਕੇ ਕੰਟੈਕਟ ਕੀਤਾ ਔਰ ਉਹਨਾਂ ਦੀ ਸਮੱਸਿਆ ਆ ਗਿਆ ਜੀ। ਦਿਸ ਇਜ਼ ਰਿਲੇਟਿਡ ਟੂ ਦੇਅਰ ਹਾਰਮੋਨਲ ਇੰਬੈਲੈਂਸ ਐਂਡ ਦੇਅਰ ਸੈਕਸੁਅਲ ਲਾਈਫ ਜੀ। ਅਸੀਂ ਇਹ ਦੇਖਦੇ ਹਾਂ ਕਾਫੀ ਲੋਕਾਂ ਦੇ ਵਿੱਚ ਅੱਜ ਕੱਲ੍ਹ ਕੀ ਹੈ ਕਿ ਲਾਈਫ ਸਟਾਈਲ ਐਸਾ ਹੈ, ਸਟ੍ਰੈਸ ਐਸਾ ਹੈ, ਉਹਨਾਂ ਨੂੰ ਕਾਫੀ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਉਹ ਮਤਲਬ ਲਾਈਫ ਦੇ ਨਾਲ ਦੇ ਆਰ ਨੋਟ ਸੈਟਿਸਫਾਈਡ ਵਿਦ ਦੇਅਰ ਸੈਕਸ ਲਾਈਫ ਆਲਸੋ, ਵਿਦ ਦੇਅਰ ਮੈਰਿਡ ਲਾਈਫ ਆਲਸੋ ਜੀ। ਅਤੇ ਆਈ ਜਸਟ ਵਾਂਟ ਟੂ ਨੋ ਸਰ ਕਿ ਲੋਕਾਂ ਦੀ ਜਿਹੜੀ ਲੋਕਾਂ ਦੇ ਵੱਲੋਂ ਮੈਂ ਸਵਾਲ ਤੁਹਾਨੂੰ ਪੁੱਛਣਾ ਚਾਹ ਰਿਹਾ ਕਿ ਐਗਜੈਕਟਲੀ ਹਾਰਮੋਨਲ ਬੈਲੈਂਸ ਜਿਹੜੇ ਨੇ ਔਰ ਲਾਈਫ ਸਟਾਈਲ ਜਿਹੜਾ ਹੈਗਾ, ਇਹਦਾ ਟੋਟਲ ਕਿਸੇ ਵੀ ਇਨਸਾਨ ਦੀ, ਜ਼ਿਆਦਾਤਰ ਮਰਦਾਂ ਦੀ ਕਹਿ ਸਕਦੇ ਹੋ ਜੀ ਜੀ, ਜਿਹੜੇ ਜੈਂਟਸ ਨੇ ਉਹਨਾਂ ਦੀ ਸੈਕਸੁਅਲ ਲਾਈਫ 'ਤੇ ਕੀ ਫਰਕ ਪੈਂਦਾ ਜੀ? ਬਿਲਕੁਲ, ਬਹੁਤ ਅੱਛਾ ਕੁਐਸਚਨ ਕੀਤਾ ਔਰ ਇਹ ਕੁਐਸਚਨ ਐਸਾ ਹੈ ਕਿ ਕਾਫੀ ਅਸੀਂ ਵੀ ਇਤਨਾ ਇਸ ਗੱਲ 'ਤੇ ਪ੍ਰੋਗਰਾਮ ਨਹੀਂ ਕੀਤੇ ਕਿਉਂਕਿ ਔਰ ਅਕਸਰ ਲੋਕ ਨਹੀਂ ਪੁੱਛਦੇ ਇਸ ਬਾਰੇ 'ਚ, ਲੇਕਿਨ ਅੱਜ ਅਸੀਂ, ਮੈਂ ਤੁਹਾਨੂੰ ਮੈਨਸ਼ਨ ਕੀਤਾ ਸੀ ਕਿ ਅਸੀਂ ਸੈਕਸ਼ੁਅਲ ਵੀਕਨੈਸ ਦੇ ਬਾਰੇ 'ਚ ਗੱਲ ਕਰਾਂਗੇ ਜੀ। ਔਰ ਸੈਕਸ਼ੁਅਲ ਵੀਕਨੈਸ ਜਿਹੜਾ ਹੈ ਉਹ ਮੋਸਟਲੀ ਮੈਨ ਨੂੰ ਇਹ ਪ੍ਰੋਬਲਮ ਜ਼ਿਆਦਾ ਹੁੰਦਾ ਹੈ ਕਿਉਂਕਿ ਅੱਜ ਕੱਲ੍ਹ ਕੀ ਹੈ ਕਿ ਮਾਡਰਨ ਲਾਈਫ ਸਟਾਈਲ ਦੀ ਵਜ੍ਹਾ ਨਾਲ, ਅਗਰ ਤੁਹਾਡੇ ਸੈਕਸ਼ੁਅਲ ਵੀਕਨੈਸ ਹੈ, ਤੁਹਾਨੂੰ ਟਾਇਰਡ ਫੀਲ ਕਰਦੇ ਹੋ, ਤੁਸੀਂ ਹਸਬੈਂਡ ਵਾਈਫ ਦੇ ਜਿਹੜੇ ਆਪਣੇ ਮਤਲਬ ਰਿਲੇਸ਼ਨਸ਼ਿਪ ਪੂਰੇ ਨਹੀਂ ਕਰ ਪਾਉਂਦੇ, ਅਤੇ ਔਰ ਸਾਡੇ ਕੋਲ ਇਤਨੇ ਪੇਸ਼ੈਂਟ ਆਉਂਦੇ ਨੇ ਕਿ ਈਵਨ ਯੰਗ ਮਤਲਬ ਵੱਡੀ ਉਮਰ ਦੇ ਲੋਕ ਜਿਹੜੇ ਹੈ ਉਹ ਉਹਨਾਂ ਨੂੰ ਇਤਨਾ ਜ਼ਿਆਦਾ ਪ੍ਰੋਬਲਮ ਨਹੀਂ ਕੰਪੇਅਰ ਟੂ ਯੰਗ ਲੋਕਾਂ ਦੇ ਜਿਹੜੇ ਨਿਊਲੀ ਮਤਲਬ ਮੈਰਿਡ ਹੋਏ ਹੈ, ਔਰ ਦੇਖਿਆ ਜਾਂਦਾ ਕਿ ਕਾਫੀ ਟਾਈਮ ਹੋ ਗਿਆ ਔਰ ਪ੍ਰੈਗਨੈਂਸੀ ਨਹੀਂ ਹੋ ਪਾਉਂਦੀ ਜੀ ਜੀ। ਔਰ ਡਾਕਟਰਾਂ ਦੇ ਤੁਸੀਂ ਚੈੱਕਅਪ ਵੀ ਕਰਾ ਕੇ ਔਰ ਉਹਦੇ 'ਚ ਵੀ ਕਈਆਂ ਲੋਕਾਂ ਨੂੰ ਤਾਂ ਹੁੰਦਾ ਕਿ ਐਵਰੀਥਿੰਗ ਇਜ਼ ਓਕੇ, ਤੁਸੀਂ ਮਤਲਬ ਕੋਈ ਪ੍ਰੋਬਲਮ ਨਹੀਂ ਹੈ, ਮਤਲਬ ਬਲੱਡ ਟੈਸਟ ਵੀ ਹੋ ਜਾਂਦਾ, ਹਾਰਮੋਨ ਵੀ ਚੈੱਕ ਹੋ ਜਾਂਦੇ ਹੈ, ਲੇਕਿਨ ਉਹਦੇ ਬਾਵਜੂਦ ਪ੍ਰੈਗਨੈਂਸੀ ਨਹੀਂ ਹੋ ਪਾਉਂਦੀ। ਸਾਨੂੰ ਵੀ ਜਿਹੜੇ ਈਮੇਲਸ ਆਏ ਨੇ, ਜ਼ਿਆਦਾਤਰ ਜੋ ਤੁਸੀਂ ਜ਼ਿਕਰ ਕੀਤਾ ਇਹੋ ਜਿਹੇ ਹੀ ਲੋਕਾਂ ਨੇ ਸਵਾਲ ਪੁੱਛੇ ਨੇ, ਉਹਨਾਂ ਨੂੰ ਪਰੇਸ਼ਾਨੀਆਂ ਨੇ। ਅਸੀਂ ਆਪਣੇ ਦਰਸ਼ਕਾਂ ਨੂੰ, ਵਿਊਰਸ ਨੂੰ ਇਹ ਵੀ ਦੱਸਣਾ ਚਾਹਾਂਗੇ ਕਿ ਡਾਕਟਰ ਇਫਤਿਖਾਰ ਚੌਧਰੀ ਇਸ ਸਮੇਂ ਤੁਹਾਡੇ ਸਾਹਮਣੇ ਮੌਜੂਦ ਨੇ, ਤੁਹਾਡੇ ਲਈ ਬੜਾ ਅੱਛਾ ਮੌਕਾ ਹੈ, ਤੁਸੀਂ ਸਿੱਧਾ ਫੋਨ ਕਰਕੇ ਇਹਨਾਂ ਨਾਲ ਗੱਲ ਕਰ ਸਕਦੇ ਹੋ। ਜੋ ਵੀ ਤੁਹਾਡੀ ਜਾਤੀ ਸਮੱਸਿਆ ਹੈ, ਜੋ ਵੀ ਤੁਹਾਡੀ ਆਪਣੀ ਪਰਸਨਲ ਪ੍ਰੋਬਲਮ ਹੈ, ਇੰਟੀਮੇਟ ਪ੍ਰੋਬਲਮ ਹੈ, ਜੋ ਵੀ ਤੁਸੀਂ ਹੈ, ਤੁਸੀਂ ਆਪਣਾ ਗੱਲ ਕਰ ਸਕਦੇ ਹੋ ਡਾਕਟਰ ਸਾਹਿਬ ਨਾਲ, ਉਹਨਾਂ ਨੂੰ ਟਾਈਮ ਲੈ ਕੇ ਫਿਰ ਬਾਅਦ ਵਿੱਚ ਮਿਲ ਸਕਦੇ ਹੋ। ਨੀਚੇ ਹੇਠਾਂ ਜਿਹੜਾ ਨੰਬਰ ਆ ਰਿਹਾ 7187865555, ਇਸ ਨੰਬਰ 'ਤੇ ਤੁਸੀਂ ਫੋਨ ਕਰਕੇ ਹੁਣੇ ਦੇ ਹੁਣੇ ਡਾਕਟਰ ਸਾਹਿਬ ਨਾਲ ਗੱਲ ਕਰ ਸਕਦੇ ਹੋ। ਔਰ ਆਪਣੇ ਦਰਸ਼ਕਾਂ ਨੂੰ ਅਸੀਂ ਇਹ ਵੀ ਦੱਸ ਦਈਏ ਕਿ ਡਾਕਟਰ ਸਾਹਿਬ ਨੂੰ ਤੁਸੀਂ ਬਾਅਦ 'ਚ ਪਰਸਨਲ ਗੱਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ 7183963600 ਇਹਨਾਂ ਦਾ ਪਰਸਨਲ ਨੰਬਰ ਹੈ, ਇਸ 'ਤੇ ਤੁਸੀਂ ਮੈਸੇਜ ਛੱਡ ਸਕਦੇ ਹੋ ਔਰ ਇਹ ਵੀ ਲਿਖ ਸਕਦੇ ਹੋ ਕਿ ਵੈਨ ਇਟ ਵਿਲ ਬੀ ਕਨਵੀਨੀਅੰਟ ਕਿ ਡਾਕਟਰ ਸਾਹਿਬ ਤੁਹਾਨੂੰ ਉਦੋਂ ਵਾਪਸ ਤੁਹਾਨੂੰ ਗੱਲ ਕਰ ਸਕਣ, ਤੁਹਾਡੇ ਨਾਲ ਪੂਰਾ ਡਿਟੇਲ 'ਚ ਗੱਲ ਕਰ ਸਕਣ, ਔਰ ਉਸ ਤੋਂ ਬਾਅਦ ਤੁਸੀਂ ਇੱਕ ਟਾਈਮ ਅਪੁਆਇੰਟਮੈਂਟ ਫਿਕਸ ਕਰੋ ਐਂਡ ਯੂ ਕੈਨ ਗੋ ਐਂਡ ਮੀਟ ਹਿਮ ਇਨ ਹਿਜ਼ ਨਿਊਯਾਰਕ ਕਲੀਨਿਕ, ਜਿੱਥੇ ਪਿਛਲੇ 27 ਸਾਲ ਤੋਂ ਆਪਣਾ ਬੜੀ ਕਾਮਯਾਬੀ ਨਾਲ ਕਲੀਨਿਕ ਚਲਾ ਰਹੇ ਨੇ ਔਰ ਕਾਫੀ ਲੋਕ ਇਹਨਾਂ ਨੂੰ ਜਾ ਕੇ ਉੱਥੇ ਮਿਲਦੇ ਨੇ। ਅਤੇ ਅਸੀਂ ਵਾਪਸ ਆਉਂਦੇ ਹਾਂ ਜੀ ਇਸੇ ਗੱਲ 'ਤੇ ਟੋਪਿਕ 'ਤੇ, ਤੁਸੀਂ ਮੈਂ ਫਿਰ ਦਰਸ਼ਕਾਂ ਨੂੰ ਕਹਾਂਗਾ 7187865555 'ਤੇ ਇਸ ਨੰਬਰ 'ਤੇ ਗੱਲ ਕਰ ਸਕਦੇ ਹੋ ਤੁਸੀਂ ਡਾਕਟਰ ਸਾਹਿਬ ਨਾਲ ਆਪਣੀ ਜੋ ਵੀ ਤੁਹਾਡੀ ਜਾਤੀ ਪਰੇਸ਼ਾਨੀ ਹੈ, ਜੋ ਵੀ ਤੁਹਾਡੀ ਪਰਸਨਲ ਪ੍ਰੋਬਲਮ ਹੈ, ਯੂ ਕੈਨ ਆਸਕ ਹਿਮ। ਅਸੀਂ ਲੈਟਸ ਗੈਟ ਬੈਕ ਟੂ ਦ ਟੋਪਿਕ ਡਾਕਟਰ ਸਾਹਿਬ, ਜੋ ਅਸੀਂ ਗੱਲ ਕਰ ਰਹੇ ਸੀ ਕਿ ਲਾਈਫ ਸਟਾਈਲ ਔਰ ਸਟ੍ਰੈਸ ਜਿਹਦੀ ਵਜ੍ਹਾ ਨਾਲ ਫਰਕ। ਬਿਲਕੁਲ, ਇਹ ਸਭ ਤੋਂ ਵੱਡੀ ਵਜ੍ਹਾ ਹੈ ਕਿ ਅਗਰ ਤੁਸੀਂ ਡਾਕਟਰ ਕੋਲ ਜਾ ਕੇ ਆਪਣਾ ਚੈੱਕਅਪ ਹੋ ਗਿਆ ਤੁਹਾਡਾ, ਉਹਦੇ ਬਾਵਜੂਦ ਤੁਸੀਂ ਸਮਝਦੇ ਹੋ ਕਿ ਡਾਕਟਰ ਨੇ ਕਿਹਾ ਐਵਰੀਥਿੰਗ ਇਜ਼ ਓਕੇ, ਉਹਦੇ ਬਾਵਜੂਦ ਤੁਹਾਨੂੰ ਸੈਕਸ਼ੁਅਲ ਵੀਕਨੈਸ ਹੁੰਦੀ ਹੈ, ਅਤੇ ਇਹਦੀ ਸਭ ਤੋਂ ਵੱਡੀ ਵਜ੍ਹਾ ਜਿਹੜੀ ਹੈ ਮਾਡਰਨ ਲਾਈਫ ਸਟਾਈਲ ਹੈ। ਔਰ ਅਗਰ ਤੁਹਾਨੂੰ ਸਟ੍ਰੈਸ ਬਹੁਤ ਜ਼ਿਆਦਾ, ਉਹਦੀ ਮਿਸਾਲ ਮੈਂ ਇਸ ਤਰ੍ਹਾਂ ਦਾਂਗਾ ਕਿ ਨਿਊਲੀ ਬੱਚੇ ਨੇ ਸ਼ਾਦੀ ਹੋਈ ਹੈ, 20-25 ਸਾਲ ਉਮਰ ਹੈ ਉਹਨਾਂ ਦੀ, ਉਹਦੇ ਬਾਵਜੂਦ ਉਹ ਸੈਕਸ਼ੁਅਲ ਵੀਕਨੈਸ ਉਹਨਾਂ ਨੂੰ ਹੈ। ਉਹਦੀ ਵਜ੍ਹਾ ਇਹ ਹੈ ਕਿ ਅਕਸਰ ਲੋਕ ਜਿਹੜੇ ਹੈ ਕੰਮ ਵੀ ਕਰ ਰਹੇ ਹੈ, ਜਾਬ ਵੀ ਕਰ ਰਹੇ ਹੈ, ਨਾਲ ਫਿਰ ਪੜ੍ਹਾਈ ਵੀ ਕਰ ਰਹੇ ਹੈ, ਔਰ ਅਗਰ ਬਾਡੀ 'ਤੇ ਔਰ ਕੋਈ ਰੈਸਟ ਨਹੀਂ ਹੈ, ਔਰ ਅਗਰ ਤੁਸੀਂ ਸ਼ਾਦੀ ਕੀਤੀ ਹੈ ਔਰ ਤੁਸੀਂ ਆਪਣੀ ਵਾਈਫ ਨੂੰ ਟਾਈਮ ਨਹੀਂ ਦੇ ਰਹੇ, ਔਰ ਅਗਰ 7 ਦਿਨ ਅਕਸਰ ਦੇਖਿਆ ਗਿਆ ਕਿ 7 ਦਿਨ ਕੰਮ ਕਰ ਰਹੇ ਹੁੰਦੇ ਹੈ, ਜਾਂ ਅਗਰ 7 ਦਿਨ ਨਹੀਂ ਕੰਮ ਕਰ ਰਹੇ ਹੁੰਦੇ ਅਤੇ ਆਪਣੇ ਸਕੂਲ ਜਾ ਰਹੇ ਨੇ, ਕੰਮ ਜ਼ਿਆਦਾ ਹੈ ਔਰ ਆਲਵੇਜ਼ ਲਾਈਕ ਮਤਲਬ ਉਹਨਾਂ ਦੇ ਦਿਮਾਗ 'ਤੇ ਬਰਡਨ ਹੈ, ਸਟ੍ਰੈਸ ਹੈ ਬਹੁਤ ਜ਼ਿਆਦਾ, ਅਤੇ ਉਹਦੇ ਨਾਲ ਕੀ ਹੁੰਦਾ, ਤੁਹਾਡੇ ਹਾਰਮੋਨ ਘੱਟ ਜਾਂਦੇ ਨੇ।
ਔਰ ਉਹਦੇ ਵਾਸਤੇ ਹੋਮਿਓਪੈਥਿਕ ਹਰਬਲ 'ਚ ਇਸ ਤਰ੍ਹਾਂ ਦੇ ਸਪਲੀਮੈਂਟ ਆਉਂਦੇ ਆ। ਇਸ ਤਰ੍ਹਾਂ ਨਹੀਂ ਹੁੰਦਾ ਕੋਈ ਕਿ ਜਿਸ ਤਰ੍ਹਾਂ ਵਿਆਗਰਾ ਜਾਂ ਸਿਆਲਸ ਜਾਂ ਇਸ ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਕਿ ਟੈਂਪਰੇਰੀ ਕੰਮ ਕਰਦੀਆਂ ਨੇ ਉਸ ਤਰ੍ਹਾਂ ਦੀਆਂ ਨਹੀਂ ਹੁੰਦੀਆਂ, ਲੇਕਿਨ ਜਿਸ ਤਰ੍ਹਾਂ ਹਰਬਲ 'ਚ ਹੋਮਿਓਪੈਥਿਕ 'ਚ ਜਿਸ ਤਰ੍ਹਾਂ ਸਾਡੇ ਫਾਰਮੂਲੇ ਨੇ, ਮੇਲ ਫਾਰਮੂਲਾ ਹੈ, ਟ੍ਰੈਬੈਸਟਾ ਹੈ ਜਾਂ ਹੋਰ ਅਗਰ ਉਹਨਾਂ ਨੂੰ ਕੋਈ ਸਟ੍ਰੈਸ ਦੀ ਵਜ੍ਹਾ ਨਾਲ ਇਹ ਪ੍ਰੋਬਲਮ ਹੋ ਰਿਹਾ ਤਾਂ ਫਿਰ ਉਹਨਾਂ ਨੂੰ ਸਟ੍ਰੈਸ ਦੇ ਬਾਰੇ 'ਚ ਅਸੀਂ ਉਹਨਾਂ ਦਾ ਟੇਕ ਕੇਅਰ ਕਰਦੇ ਹਾਂ ਹੋਮਿਓਪੈਥਿਕ ਦਵਾਈ ਦੇ ਕੇ, ਅਤੇ ਉਹਦੇ ਨਾਲ ਇਹਨਾਂ ਦਾ ਮਸਲਾ ਜਿਹੜਾ ਹੈ ਹੱਲ ਹੋ ਜਾਂਦਾ। ਅੱਛਾ, ਕੁਛ ਇਹ ਵੀ ਹੁੰਦਾ ਕਿ ਐਲੋਪੈਥੀ ਦੇ ਵਿੱਚ ਜਿਸ ਤਰ੍ਹਾਂ ਕੁਛ ਦਵਾਈਆਂ ਐਸੀ ਵੀ ਹੁੰਦੀਆਂ ਨੇ, ਕੁਛ ਇਸ ਮਲਟੀਕਰੋਰ ਇੰਡਸਟਰੀ ਹੈ ਲੋਕਾਂ ਨੂੰ ਮਿਸਗਾਈਡ ਕਰਨ ਵਾਸਤੇ, ਆਪਣੇ ਕੁਛ ਵੀ ਉਲਟੇ ਸਿੱਧੇ ਪ੍ਰੋਡਕਟ ਵੇਚਣ ਵਾਸਤੇ ਜੀ। ਇਹ ਵੀ ਹੁੰਦਾ ਕਿ ਲੋਕ ਮਿਸਗਾਈਡ ਹੋ ਕੇ ਇਹਨਾਂ ਚੀਜ਼ਾਂ 'ਚ ਪੈ ਜਾਂਦੇ ਨੇ। ਜੀ ਜੀ ਬਿਲਕੁਲ, ਹਾਂਜੀ। ਔਰ ਦੇਖੋ ਐਲੋਪੈਥਿਕ ਦੀ ਦਵਾਈਆਂ ਵੰਡਰਫੁਲ ਨੇ, ਮਾਈ ਵਾਈਫ ਇਜ਼ ਅ ਖੁਦ ਡਾਕਟਰ ਨੇ, MD PhD ਨੇ, ਨਿਊਰੋਲੋਜਿਸਟ ਨੇ, ਲੇਕਿਨ ਇਹ ਕੋਈ ਇਹ ਗੱਲ ਨਹੀਂ ਹੈ ਕਿ ਕੋਈ ਐਲੋਪੈਥਿਕ ਦਵਾਈਆਂ ਖਰਾਬ ਨੇ ਜਾਂ ਹੋਮਿਓਪੈਥਿਕ ਖਰਾਬ ਨੇ ਜਾਂ ਆਯੁਰਵੈਦਿਕ ਖਰਾਬ ਨੇ, ਜ਼ਿਆਦਾ ਹੁੰਦੇ ਉਹਨਾਂ ਦੇ। ਹਾਂ, ਲੇਕਿਨ ਅਸੀਂ ਜਿਹੜਾ ਹੈਲਪ ਕਰਨੇ ਆ, ਜਿਹੜਾ ਵੀ ਤੁਹਾਡਾ ਬੈਸਟ ਇਲਾਜ ਹੋ ਪਾਏ, ਜਿਹਦੇ ਵਿੱਚ ਵੀ ਅਗਰ ਤੁਹਾਨੂੰ ਪ੍ਰੋਬਲਮ ਹੈ ਔਰ ਉਹਦਾ ਹੱਲ ਜਿਹੜਾ ਐਂਟੀਬਾਇਓਟਿਕ ਖਾ ਕੇ ਹੈ, ਤਾਂ ਉਹ ਐਂਟੀਬਾਇਓਟਿਕ ਲੈਣੇ ਚਾਹੀਦੇ ਆ। ਅਗਰ ਉਹਨਾਂ ਦਾ ਹੱਲ ਹੈ ਕਿ ਤੁਹਾਡਾ ਪੇਨ ਮੈਨੇਜਮੈਂਟ ਹੈ, ਪੇਨ ਦਾ ਪ੍ਰੋਬਲਮ ਹੈ ਜਾਂ ਸੈਕਸ਼ੂਅਲ ਵੀਕਨੈਸ ਹੈ ਜਿਹਦੇ 'ਚ ਤੁਹਾਨੂੰ ਡਾਕਟਰ ਟੈਸਟ ਵਗੈਰਾ ਕਰਕੇ ਐਵਰੀਥਿੰਗ ਇਜ਼ ਓਕੇ ਹੈ, ਉਹਦੇ ਬਾਵਜੂਦ ਤੁਹਾਨੂੰ ਸੈਕਸ਼ੂਅਲ ਵੀਕਨੈਸ ਹੁੰਦੀ ਹੈ, ਤਾਂ ਉਹਦੇ ਵਾਸਤੇ ਫਿਰ ਹੋਮਿਓਪੈਥਿਕ ਹਰਬਲ ਸਪਲੀਮੈਂਟਸ ਹੁੰਦੇ ਆ, ਜੜੀ ਬੂਟੀਆਂ ਹੁੰਦੀਆਂ ਨੇ ਐਜ਼ ਏ ਫੂਡ ਦੇ ਤੌਰ 'ਤੇ। ਜਿਸ ਤਰ੍ਹਾਂ ਹੁਣ ਤੁਸੀਂ ਸੁਣਿਆ ਹੋਏਗਾ ਕਿ ਬਜ਼ੁਰਗ ਪਹਿਲਾਂ ਵੀ ਔਰ ਵੱਡੇ ਉਮਰ ਦੇ ਲੋਕ ਜਿਹੜੇ ਅਜੇ ਵੀ ਅਗਰ ਤੁਸੀਂ ਕਹਿੰਦੇ ਨੇ ਕਿ ਦੁੱਧ ਵਿੱਚ ਛੁਆਰੇ ਬੋਇਲ ਕਰਕੇ, ਖਜੂਰਾਂ ਡੇਟਸ ਜਿਹਨੂੰ ਕਹਿੰਦੇ ਨੇ ਇੰਗਲਿਸ਼, ਉਹ ਬੋਇਲ ਕਰਕੇ ਪੀਣੀ ਚਾਹੀਦੀ ਹੈ, ਅਤੇ ਉਹ ਕੋਈ ਡਰੱਗ ਨਹੀਂ ਹੈ, ਉਹ ਇੱਕ ਹਰਬਲ ਜਿਸ ਤਰ੍ਹਾਂ ਫੂਡ ਸਪਲੀਮੈਂਟ ਹੈ, ਅਤੇ ਉਹ ਰਾਈਟ ਤਰੀਕੇ ਦੀ ਜਿਹੜੀ ਹਰਬ ਹੈ ਉਹ ਤੁਹਾਨੂੰ ਚਾਹੀਦੀ ਹੈ। ਮਤਲਬ ਹੁਣ ਕਈਆਂ ਲੋਕਾਂ ਨੂੰ ਅਗਰ ਬਲੱਡ ਪ੍ਰੈਸ਼ਰ ਜ਼ਿਆਦਾ ਹੈ, ਅਗਰ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਗਰਮ ਚੀਜ਼ਾਂ ਨਾਲ ਫਾਇਦਾ ਨਹੀਂ ਹੋਏਗਾ, ਔਰ ਅਕਸਰ ਸਾਡੇ ਦੇਖਿਆ ਗਿਆ ਕਿ ਪੇਸ਼ੈਂਟ ਨੇ ਜਿਹੜੇ ਸੈਕਸ਼ੂਅਲ ਵੀਕਨੈਸ ਵਾਸਤੇ ਉਹ ਦੂਜਿਆਂ ਮੁਲਕਾਂ 'ਚੋਂ ਦਵਾਈਆਂ ਮੰਗਾਉਂਦੇ ਹੈ, ਔਰ ਉਹ ਕੀ ਹੁੰਦਾ ਕਿ ਸ਼ਿਕਾਇਤ ਕਰਦੇ ਆ ਕਿ ਡਾਕਟਰ ਸਾਹਿਬ ਉਹ ਦਵਾਈ ਖਾਧੀ ਤਾਂ ਸਾਡੇ ਸਿਰ 'ਚ ਬਹੁਤ ਗਰਮੀ ਹੋ ਗਈ, ਸਾਨੂੰ ਗਰਮੀ ਬਹੁਤ ਮਹਿਸੂਸ ਹੋ ਗਈ, ਅਤੇ ਉਹਦੀ ਵਜ੍ਹਾ ਹੁੰਦੀ ਹੈ ਕਿ ਤੁਸੀਂ ਜਿਸ ਤਰ੍ਹਾਂ ਦਾ ਤੁਹਾਡਾ ਸਰੀਰ ਹੈ ਉਸ ਹਿਸਾਬ ਨਾਲ ਦਵਾਈ ਦਿੱਤੀ ਜਾਂਦੀ ਹੈ। ਅੱਛਾ ਡਾਕਟਰ ਸਾਹਿਬ, ਇੱਕ ਚੀਜ਼ ਹੋ ਰਹੀ ਜੋ ਸਾਨੂੰ ਈਮੇਲਸ ਆਏ ਨੇ, ਉਹਦੇ ਵਿੱਚ ਲੋਕਾਂ ਨੇ ਜ਼ਿਆਦਾਤਰ ਇਹ ਪੁੱਛਣਾ ਚਾਹਿਆ ਕਿ ਜਿਹੜੀਆਂ ਵੀ ਹੋਮਿਓਪੈਥੀ ਦੀਆਂ ਦਵਾਈਆਂ ਨੇ, ਜਿਹੜੀਆਂ ਹਰਬਲ ਦੀਆਂ ਦਵਾਈਆਂ ਨੇ, ਉਹ ਸਾਨੂੰ ਇੱਕ ਇਸ ਟ੍ਰੀਟਮੈਂਟ ਕਿਸ ਤਰ੍ਹਾਂ ਸਾਡਾ ਟ੍ਰੀਟਮੈਂਟ ਕਰ ਸਕਦੀਆਂ, ਔਰ ਕਿੰਨਾ ਕੁ ਉਹਦਾ ਟਾਈਮ ਲਿਮਿਟ ਹੁੰਦਾ, ਕੀ ਉਹਦਾ ਮਿਆਦ ਹੁੰਦੀ ਹੈ ਠੀਕ ਹੋਣ ਦੀ? ਜੀ, ਇਹਦੀ ਮਿਸਾਲ ਮੈਂ ਇਸ ਤਰ੍ਹਾਂ ਦਾਂਗਾ ਕਿ ਅਗਰ ਕਿਸੇ ਨੂੰ ਸਪਰਮ ਕਾਊਂਟ ਲੋ ਹੈ, ਜਿਹੜਾ ਕਿ ਬਹੁਤ ਵੱਡੀ ਵਜ੍ਹਾ ਹੈ ਪ੍ਰੈਗਨੈਂਸੀ ਨਾ ਹੋਣੇ ਦੀ ਮੈਨ ਦੇ, ਅਗਰ ਬਾਕੀ ਉਹਨਾਂ ਦਾ ਪਰਫਾਰਮੈਂਸ ਸਹੀ ਹੈ, ਫਿਜ਼ੀਕਲ ਐਕਟੀਵਿਟੀ ਸਹੀ ਹੈ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੋ ਰਹੀ, ਲੇਕਿਨ ਸਪਰਮ ਕਾਊਂਟ ਉਹਨਾਂ ਦੇ ਬਹੁਤ ਲੋ ਨੇ, ਉਹਨਾਂ ਦੀ ਮਤਲਬ ਉਹਨਾਂ ਦੀ ਕੁਆਂਟਿਟੀ ਵੀ ਘੱਟ ਹੈ, ਕੁਆਲਿਟੀ ਵੀ ਅੱਛੀ ਨਹੀਂ, ਅਤੇ ਉਹਦੇ ਵਾਸਤੇ ਹੋਮਿਓਪੈਥਿਕ ਹਰਬਲ 'ਚ ਬਹੁਤ ਅੱਛੀਆਂ ਜੜੀ ਬੂਟੀਆਂ ਨੇ ਜਿਹਦੇ ਫਾਰਮੂਲੇ ਬਣੇ ਹੋਏ ਨੇ, ਅਗਰ ਉਹ ਉਹਨਾਂ ਨੂੰ ਦਿੱਤੀ ਜਾਏ ਤਾਂ ਉਹਦੇ ਉਹਨਾਂ ਦੀ ਇੰਪਰੂਵਮੈਂਟ ਹੁੰਦੀ ਹੈ। ਔਰ ਕਿਤਨੇ ਲੋਕ ਨੇ ਜਿਹੜੇ ਕਿ ਇਸ ਤਰ੍ਹਾਂ ਮਤਲਬ ਇਲਾਜ ਕਰਕੇ ਦੇ ਆਰ ਵੈਰੀ ਹੈਪੀ। ਕੋਈ ਖਾਸ ਤਰ੍ਹਾਂ ਦੀ ਦਵਾਈਆਂ ਵੀ ਤੁਸੀਂ ਰਿਕਮੈਂਡ ਕਰਨਾ ਚਾਹੁੰਦੇ ਹੋ ਆਯੁਰਵੈਦਿਕ ਜਾਂ ਜਿਹੜੀ ਤੁਹਾਡੀ ਹੈਗੀਆਂ ਨੇ, ਉਹ ਕਿਸ ਤਰ੍ਹਾਂ ਦੀਆਂ ਹੋਮਿਓਪੈਥਿਕ ਜਿਹੜੀਆਂ ਹੈਗੀਆਂ, ਸੋਰੀ ਹੋਮਿਓਪੈਥੀ ਔਰ ਹਰਬਲ ਦੀਆਂ ਦਵਾਈਆਂ ਜਿਹੜੀਆਂ ਤੁਸੀਂ ਕਰਦੇ ਹੋ? ਦੇਖੋ ਆਇਆ ਤੁਸੀਂ ਮਤਲਬ ਕੋਈ ਰਿਕਮੈਂਡ ਨਾਮ ਦੱਸਣਾ ਚਾਹੁੰਦੇ ਹੋ ਦਵਾਈਆਂ ਦਾ ਹੋਮਿਓਪੈਥੀ? ਜੀ ਬਿਲਕੁਲ, ਉਹਦੇ 'ਚ ਫਾਰਮੂਲੇਸ਼ਨ ਹੁੰਦੀ ਹੈ ਔਰ ਹਰ ਇੱਕ ਫਾਰਮੂਲਾ ਹਰ ਇੱਕ ਬੰਦੇ ਵਾਸਤੇ ਨਹੀਂ ਸੂਟ ਕਰਦਾ। ਜਿਸ ਤਰ੍ਹਾਂ ਮੈਂ ਦੱਸਿਆ ਕਿ ਅਗਰ ਜਦੋਂ ਵੀ ਕੋਈ ਪੇਸ਼ੈਂਟ ਸਾਨੂੰ ਕਾਲ ਕਰਦਾ ਹੈ, ਉਹਦੇ ਨਾਲ ਡਿਟੇਲ ਨਾਲ ਗੱਲਬਾਤ ਕਰਕੇ ਉਹਦੇ ਹਿਸਾਬ ਦੇ ਮੁਤਾਬਿਕ ਫਿਰ ਉਹਨਾਂ ਨੂੰ ਦਵਾਈ ਦਿੱਤੀ ਜਾਂਦੀ ਹੈ, ਜਿਹਦੇ 'ਚ ਆਮ ਸਾਡੇ ਫਾਰਮੂਲੇ ਨੇ। ਔਰ ਕਿਤਨੇ ਲੋਕ ਜਿਹੜੇ ਇਸਤੇਮਾਲ ਕਰ ਰਹੇ ਨੇ ਲੌਂਗ ਟਾਈਮ, ਕੋਈ ਇਹ ਨਹੀਂ ਕਿ ਪ੍ਰੋਬਲਮ ਹੋਵੇ ਤਾਂ ਮੇਲ ਫਾਰਮੂਲਾ ਇਸਤੇਮਾਲ ਕਰਨਾ ਚਾਹੀਦਾ, ਬਲਕਿ ਪ੍ਰੀਵੈਂਸ਼ਨ ਵਾਸਤੇ ਵੀ ਇੱਕ ਸੁਪਰ ਮੇਲ ਫਾਰਮੂਲਾ ਹੈ, ਮੇਲ ਫਾਰਮੂਲਾ ਹੈ, ਮੂਸਲੀ ਇੱਕ ਬਹੁਤ ਸਫੈਦ ਮੂਸਲੀ ਜਿਹੜੀ ਹੈ, ਜੜੀ ਬੂਟੀ ਹੈ ਜਿਹੜੀ ਸਾਡੇ ਮੁਲਕਾਂ 'ਚ ਹੀ ਹੁੰਦੀ ਹੈ, ਅਤੇ ਉਹਦਾ ਬਹੁਤ ਮਤਲਬ ਅੱਛਾ ਅਸਰ ਹੁੰਦਾ ਹੈ ਸੈਕਸ਼ੂਅਲ ਵੀਕਨੈਸ ਵਾਸਤੇ। ਉਸ ਤੋਂ ਇਲਾਵਾ ਕੁਝ ਆਇਲਸ ਵਗੈਰਾ ਹੁੰਦੇ ਨੇ ਮਾਲਿਸ਼ ਕਰਨ ਵਾਸਤੇ, ਕੁਝ ਅਗਰ ਅੰਡਰਲਾਈਂਗ ਪ੍ਰੋਬਲਮ ਨੂੰ ਵੀ ਸੋਲਵ ਕਰਨਾ ਹੁੰਦਾ, ਕਈ ਦਫਾ ਹੁੰਦਾ ਮੈਨ ਜਿਹੜੇ ਨੇ ਉਹਨਾਂ ਨੂੰ ਡਾਈਜੈਸਟਿਵ ਟ੍ਰਬਲ ਹੁੰਦਾ, ਪੇਟ ਸਹੀ ਨਹੀਂ ਕੰਮ ਮਤਲਬ ਉਹਨਾਂ ਦਾ ਖਾਣਾ ਹਜ਼ਮ ਨਹੀਂ ਹੁੰਦਾ, ਜਾਂ ਫਿਰ ਉਹਨਾਂ ਨੂੰ ਅੰਗਰੇਜ਼ੀ ਦਵਾਈਆਂ ਬਹੁਤ ਖਾ ਰਹੇ ਹੁੰਦੇ ਨੇ, ਬਲੱਡ ਪ੍ਰੈਸ਼ਰ ਦੀ ਦਵਾਈ ਖਾ ਰਹੇ ਨੇ, ਕੋਲੈਸਟਰੋਲ ਦੀ ਖਾ ਰਹੇ ਨੇ, ਅਤੇ ਉਹ ਉਹਨਾਂ ਦੀ ਵਜ੍ਹਾ ਨਾਲ ਵੀ ਜਿਹੜਾ ਉਹਨਾਂ ਨੂੰ ਮਤਲਬ ਸੈਕਸ਼ੂਅਲ ਵੀਕਨੈਸ ਹੁੰਦੀ ਹੈ, ਅਤੇ ਫਿਰ ਅਸੀਂ ਉਹਨਾਂ ਨੂੰ ਉਹ ਦਵਾਈਆਂ ਦਾ ਵੀ ਰੈਕਮੈਂਡ ਕਰਨੇ ਆ। ਅਗਰ ਹੋਮਿਓਪੈਥਿਕ ਹਰਬਲ ਅਗਰ ਉਹ ਬਲੱਡ ਪ੍ਰੈਸ਼ਰ ਵਾਸਤੇ ਜਾਂ ਸ਼ੂਗਰ ਵਾਸਤੇ ਜਾਂ ਕੋਲੈਸਟਰੋਲ ਵਾਸਤੇ ਅਗਰ ਉਹ ਦਵਾਈ ਹੋਮਿਓਪੈਥਿਕ ਹਰਬਲ ਖਾਣ ਔਰ ਆਪਣੀ ਦਵਾਈ ਜਿਹੜੀ ਡਾਕਟਰ ਨੇ ਦਿੱਤੀ ਹੋਈ ਆਸਤੇ ਆਸਤੇ ਉਹਨੂੰ ਟੇਪਰ ਆਫ ਕਰ ਦੇਣ, ਅਤੇ ਉਹਦੇ ਨਾਲ ਵੀ ਉਹਨਾਂ ਦੀ ਐਨਰਜੀ ਲੈਵਲ ਵੱਧਦਾ, ਸੈਕਸ਼ੂਅਲ
ਫਿਜ਼ੀਕਲ ਪਰਫਾਰਮੈਂਸ ਫਰਕ ਪੈਂਦਾ। ਅੱਛਾ, ਇੱਕ ਐਸੀ ਪਰੇਸ਼ਾਨੀ ਹੈ ਜਿਹੜੀ ਹਰ ਲੋਕਾਂ ਦੇ ਲਾਈਫ ਤਾਂ ਜ਼ਿਆਦਾਤਰ ਲੋਕਾਂ ਨਾਲ ਜੁੜੀ ਹੋਈ ਹੈ, ਪਰ ਅਸੀਂ ਮੈਂ ਦੇਖਿਆ ਕਿ ਲੋਕ ਹਿਚਕਦੇ ਨੇ ਗੱਲ ਕਰਨ। ਜੀ ਜੀ ਬਿਲਕੁਲ। ਸਰ ਫੋਨ 'ਤੇ ਵੀ ਅਸੀਂ ਕਹਿ ਰਹੇ ਤਾਂ ਲੋਕ ਸ਼ਾਇਦ ਕੋਈ ਘਰਾਂ 'ਚ ਬੈਠੇ ਹੋਣਗੇ, ਕਿਤੇ ਫੋਨ ਕਰਨ ਤੋਂ ਵੀ ਲੋਕ ਹਿਚਕਦੇ। ਜੀ ਜੀ। ਸਾਨੂੰ ਜ਼ਿਆਦਾਤਰ ਸੈਂਕੜਾਂ ਦੀ ਤਾਦਾਦ ਵਿੱਚ ਮੇਲ ਆਏ ਨੇ ਔਰ ਈਮੇਲ ਦੇ ਵਿੱਚ ਉਹਨਾਂ ਨੇ ਸਾਨੂੰ ਇਹੀ ਸਮੱਸਿਆਵਾਂ ਲਿਖ ਲਿਖ ਕੇ ਭੇਜੀਆਂ। ਸੋ ਵੀ ਜਸਟ ਵਾਂਟ ਟੂ ਟੈਲ ਯੂ ਕਿ ਤੁਸੀਂ ਜਿਸ ਤਰ੍ਹਾਂ ਡਾਕਟਰ ਸਾਹਿਬ ਨਾਲ ਗੱਲ ਕਰ ਸਕਦੇ ਹੋ 7183963600 ਜੋ ਡਾਕਟਰ ਸਾਹਿਬ ਦਾ ਨੰਬਰ ਹੈ ਉਹਦੇ 'ਤੇ ਤੁਸੀਂ ਗੱਲ ਕਰਕੇ ਡਾਕਟਰ ਸਾਹਿਬ ਨਾਲ ਆਪਣੀ ਸਮੱਸਿਆ ਪੂਰੀ ਟੈਕਸਟ ਕਰਕੇ ਉਹਨਾਂ ਨੂੰ ਲਿਖ ਸਕਦੇ ਹੋ ਐਂਡ ਦੈਨ ਯੂ ਕੈਨ ਆਲਵੇਸ ਟੈਲ ਕਿ ਵਟ ਇਜ਼ ਯੋਰ ਕੰਫਰਟੇਬਲ ਟਾਈਮ ਕਿ ਡਾਕਟਰ ਸਾਹਿਬ ਤੁਹਾਨੂੰ ਵਾਪਸ ਫੋਨ ਕਰਕੇ ਤੁਹਾਡੇ ਨਾਲ ਪੂਰੀ ਡਿਟੇਲ ਗੱਲ ਕਰਨ ਐਂਡ ਦੈਨ ਯੂ ਫਿਕਸ ਅਪ ਐਨ ਅਪਾਇੰਟਮੈਂਟ ਵਿਦ ਹਿਮ। ਔਰ ਹੁਣੇ ਅਗਰ ਤੁਸੀਂ ਹਿਚਕ ਨਹੀਂ ਰਹੇ ਹੋ ਗੱਲ ਕਰਨਾ ਚਾਹੁੰਦੇ ਹੋ ਖੁੱਲ੍ਹ ਕੇ ਤਾਂ 7187868622 ਇਹ ਨੰਬਰ ਹੈ, ਤੁਸੀਂ ਹੁਣੇ ਦੇ ਹੁਣੇ ਡਾਕਟਰ ਸਾਹਿਬ ਨਾਲ ਲਾਈਵ ਗੱਲ ਕਰਕੇ ਆਪਣੀ ਡਿਸਕਸ਼ਨ ਕਰ ਸਕਦੇ ਹੋ ਆਪਣੀ ਸਮੱਸਿਆ ਦੇ ਬਾਰੇ। ਸ਼ਰਮਾ ਜੀ, ਤੁਸੀਂ ਜਿਹੜਾ ਬਾਰ ਬਾਰ ਕਹਿ ਰਹੇ ਹੋ ਨਾ, ਤੁਹਾਨੂੰ ਮੈਂ ਤਾਂ ਪਿਛਲੇ ਕਾਫੀ ਟਾਈਮ ਤੋਂ ਐਕਸਪੀਰੀਅੰਸ ਕਰ ਰਹੇ ਹਾਂ ਇਸ ਟੋਪਿਕ 'ਤੇ, ਅਸੀਂ ਵੀ ਡੋਂਟ ਰਿਸੀਵ ਕਾਲਸ, ਇਹ ਫਿਰ ਪ੍ਰਾਈਵੇਸੀ ਵਿੱਚ ਹੀ ਉਹ ਆਪਣੇ ਕਾਲ ਕਰਕੇ ਔਰ ਆਪਣੀ ਸਮੱਸਿਆ ਨੂੰ। ਜ਼ਿਆਦਾਤਰ ਵਿਊਜ਼ ਜਿਹੜੇ ਨੇ ਮੈਨੂੰ ਲੱਗਦਾ ਤੁਹਾਨੂੰ ਇਕੱਲੇ ਫੋਨ ਕਰਨਗੇ। ਯੂ ਵਿਲ ਗੈਟ ਲੋਟ ਆਫ ਕਾਲਸ। ਜੀ ਜੀ ਬਿਲਕੁਲ, ਹਾਂ, ਕਿਉਂਕਿ ਐਸਾ ਟੋਪਿਕ ਹੀ ਐਸਾ ਕਿ ਜਿਹੜਾ ਅਗਰ ਤੁਸੀਂ, ਲੇਕਿਨ ਇਹ ਜ਼ਰੂਰ ਦੇਖੋ ਕੋਈ ਵੀ ਪ੍ਰੋਬਲਮ ਅਗਰ ਹੈ ਤੁਹਾਨੂੰ, ਮੈਡੀਕਲ ਪ੍ਰੋਬਲਮ ਹੈ, ਤੁਸੀਂ ਆਪਣੇ ਡਾਕਟਰ ਨਾਲ ਗੱਲ ਕਰਕੇ ਉਹਦੇ ਉਹਦੀ ਸਮੱਸਿਆ ਜਿਹੜੀ ਉਹਦਾ ਹੱਲ ਹੋਏਗਾ। ਯੂ ਕੈਨ ਨਾਟ ਆਸਕ ਸੱਚ ਕੁਐਸਚਨਸ ਲਾਈਵ ਔਨ ਦ। ਜੀ ਬਿਲਕੁਲ। ਅੱਛਾ, ਇੱਕ ਚੀਜ਼ ਹੋਰ ਮੈਂ ਤੁਹਾਨੂੰ ਡਿਸਕਸ ਕਰਨਾ, ਜਿੱਦਾਂ ਹਾਰਮੋਨਲ ਬੈਲੈਂਸ ਦੀ ਆਪਾਂ ਗੱਲ ਕਰ ਰਹੇ ਹਾਂ, ਇੱਕ ਸੈਗਮੈਂਟ ਹੈ ਜਿਸ ਦਾ ਲੇਡੀਜ਼ ਦਾ ਸੈਗਮੈਂਟ। ਜੀ ਬਿਲਕੁਲ। ਦੈਟ ਇਜ਼ ਵੈਰੀ ਮੱਚ ਅਫੈਕਟਡ ਵਿਦ ਹਾਰਮੋਨਲ ਬੈਲੈਂਸ। ਹਾਂਜੀ ਹਾਂਜੀ ਹਾਂਜੀ। ਇੱਕ ਮੈਨੋਪੌਜ਼ ਸਟ੍ਰੈਸ ਦੀ ਆ ਜਾਂਦਾ ਹੈ, ਸਿੰਪਟਮਸ ਹੁੰਦੇ ਆ, ਉਹ ਸਿਸਟਮ ਹੈ। ਸਮ ਟਾਈਮ ਪ੍ਰੈਗਨੈਂਸੀਜ਼ ਗੈਟ ਡਿਲੇਡ, ਸਮ ਟਾਈਮ ਦੇ ਹੈਵ ਅ ਵੈਰੀ ਜਿਹੜਾ ਹੈਗਾ ਮੈਂਸਟਰਲ ਹੈਗਾ ਸੋਰੀ ਸਾਈਕਲ, ਉਹ ਠੀਕ ਨਹੀਂ ਚੱਲਦਾ। ਤੇ ਮਤਲਬ ਐਗਜ਼ੈਕਟਲੀ ਵਟ ਯੂ ਵਾਂਟ ਟੂ ਸੇ, ਉਹਨਾਂ ਦੀ ਇਸ ਚੀਜ਼ ਜਿਸ ਦਾ ਸਟ੍ਰੈਸ ਦੀ ਆਪਾਂ ਗੱਲ ਕੀਤੀ ਔਨ ਦ ਮੇਲ ਸੈਗਮੈਂਟ, ਵਟ ਐਗਜ਼ੈਕਟਲੀ ਇਜ਼ ਦੀ ਉਹਦੇ 'ਚ ਫੀਮੇਲ ਜਿਹੜਾ ਸੈਗਮੈਂਟ ਹੈ ਉਹਨਾਂ ਦੇ ਉੱਤੇ ਕੀ ਫਰਕ ਪੈਂਦਾ? ਜੀ, ਫੀਮੇਲ ਦਾ ਜਿਹੜਾ ਸਭ ਤੋਂ ਪਹਿਲਾਂ ਕਈ ਦਫ਼ਾ ਸਟਾਰਟ ਹੁੰਦਾ ਜਦੋਂ ਪੀਰੀਅਡ ਸਟਾਰਟ ਹੋ ਰਹੇ ਹੁੰਦੇ ਆ 11-12 ਸਾਲ ਦੀ ਉਮਰ ਜਾਂ 13 ਸਾਲ ਦੀ ਉਮਰ ਵਿੱਚ, ਔਰ ਉਹਦੇ 'ਚ ਕੀ ਹੁੰਦਾ ਕਿ ਬੱਚੀਆਂ ਨੂੰ ਬਹੁਤ ਜ਼ਿਆਦਾ ਪੇਨ ਹੁੰਦਾ ਪੀਰੀਅਡ ਆਉਣ ਤੋਂ ਪਹਿਲਾਂ ਔਰ ਡਿਊਰਿੰਗ, ਔਰ ਕਈ ਦਫ਼ਾ ਇਰੈਗੂਲਰ ਪੀਰੀਅਡ, ਕਈ ਬੱਚੀਆਂ ਦੇ ਵੇਟ ਬਹੁਤ ਘੱਟ ਹੁੰਦਾ, ਉਹਨਾਂ ਦੇ ਅਨੀਮਿਕ ਹੁੰਦੇ ਨੇ, ਬਲੱਡ ਦੀ ਕਮੀ ਹੁੰਦੀ ਹੈ, ਉਹਦੀ ਵਜ੍ਹਾ ਨਾਲ ਵੀ ਉਹਨਾਂ ਨੂੰ ਪੀਰੀਅਡ ਸਹੀ ਨਹੀਂ ਆਉਂਦੇ, ਔਰ ਕਈਆਂ ਨੂੰ ਓਵਰ ਵੇਟ ਹੋਣੇ ਦੀ ਵਜ੍ਹਾ ਨਾਲ ਵੀ ਇਹ ਪ੍ਰੋਬਲਮ ਹੋ ਜਾਂਦਾ ਹੈ। ਔਰ ਇੱਕ ਬੜਾ ਕਾਮਨ ਪ੍ਰੋਬਲਮ ਹੈ ਲੜਕੀਆਂ 'ਚ ਜਾਂ ਔਰਤਾਂ 'ਚ ਕਿ ਜਿਹੜਾ ਕਿ ਉਹਨਾਂ ਦੀ ਇਨਫਲੇਮੇਸ਼ਨ ਹੁੰਦੀ ਹੈ ਓਵਰੀਜ਼ ਵਿੱਚ, ਔਰ ਉਹਦੀ ਵਜ੍ਹਾ ਨਾਲ ਜਿਹੜਾ ਫਿਰ ਆਵੀਲੇਸ਼ਨ ਨਹੀਂ ਹੁੰਦੀ ਸਹੀ, ਔਰ ਉਹਨਾਂ ਦੇ ਪੀਰੀਅਡ ਜੇ ਹਾਰਮੋਨ ਸਹੀ ਇੰਬੈਲੈਂਸ ਹੋ ਜਾਂਦੇ ਨੇ, ਔਰ ਅਗਰ ਉਹ ਮੈਰਿਡ ਨੇ ਔਰ ਪ੍ਰੈਗਨੈਂਸੀ ਕਰਨਾ ਚਾਹੁੰਦੇ ਨੇ ਤਾਂ ਜ਼ਾਹਿਰ ਹੈ ਫਿਰ ਐਗਸ ਜਿਹੜੇ ਉਹ ਸਹੀ ਨਹੀਂ ਬਣਦੇ, ਔਰ ਉਹਦੀ ਵਜ੍ਹਾ ਨਾਲ ਉਹਨਾਂ ਦਾ ਜਿਹੜਾ ਈਵਨ ਐਵਰੀਥਿੰਗ ਓਕੇ ਹੈ, ਹਸਬੈਂਡ ਸਾਈਡ ਵੀ ਓਕੇ ਹੈ, ਲੇਕਿਨ ਉਹ ਪ੍ਰੈਗਨੈਂਸੀ ਨਹੀਂ ਹੋ ਪਾਉਂਦੀ। ਉਹਦੀ ਇਹੀ ਵਜ੍ਹਾ ਹੁੰਦੀ ਹੈ ਕਿ ਉਹ ਐਗਸ ਦੀ ਕੁਆਲਿਟੀ ਔਰ ਕੁਆਂਟਿਟੀ ਜਿਹੜੀ ਹੈ ਉਹ ਸਹੀ ਤਰੀਕੇ ਨਾਲ ਪੂਰੀ ਨਹੀਂ ਹੁੰਦੀ, ਅਤੇ ਜਿਹਦੀ ਵਜ੍ਹਾ ਨਾਲ ਇਹ ਪ੍ਰੋਬਲਮ ਹੁੰਦਾ। ਉਹਦੇ 'ਚ ਹੋਮਿਓਪੈਥਿਕ ਹਰਬਲ 'ਚ ਬਹੁਤ ਅੱਛਾ ਇਲਾਜ ਹੈ। ਉਹੀ ਪੁੱਛਣ ਜਾ ਰਹੇ ਸੀ। ਬਿਲਕੁਲ, ਸਾਡੇ ਜਿਹੜੇ ਵਿਊਰ ਉਹਨਾਂ ਨੂੰ ਦੱਸੋ ਕਿ ਤੁਹਾਡੇ ਹਰਬਲ ਹੈ ਹੋਮਿਓਪੈਥੀ, ਇਹਦੇ ਵਿੱਚ ਕਿਹੜੀਆਂ ਕਿਹੜੀਆਂ ਦਵਾਈਆਂ, ਇੱਕ ਡਿਟੇਲ 'ਚ ਸਾਨੂੰ ਦੱਸ। ਅੱਛਾ, ਉਹਦੇ 'ਚ ਕੀ ਹੁੰਦਾ ਕਿ ਵਜ੍ਹਾ ਹੁੰਦੀ ਹੈ, ਅਗਰ ਤੁਹਾਡਾ ਇੱਕ ਵਜ੍ਹਾ ਹੁੰਦੀ ਹੈ ਕਿ ਤੁਹਾਡਾ ਓਵਰ ਵੇਟ ਹੈ ਜਾਂ ਫਿਰ ਲੋ ਵੇਟ ਹੈ, ਅਤੇ ਉਹਦਾ ਵੀ ਅਸੀਂ ਉਹਦਾ ਇਲਾਜ ਕਰਨੇ ਆ ਕਿ ਵੇਟ ਜਿਹੜਾ ਉਹਨੂੰ ਕੰਟਰੋਲ ਕੀਤਾ ਜਾਏ, ਔਰ ਅਗਰ ਬਹੁਤ ਹੀ ਘੱਟ ਵੇਟ ਹੈ ਤਾਂ ਉਹਨੂੰ ਵਧਾਉਣ ਵਾਸਤੇ ਦਵਾਈ ਦਿੱਤੀ ਜਾਂਦੀ ਹੈ, ਨਾਲ ਉਹਨਾਂ ਨੂੰ ਹਾਰਮੋਨ ਨੂੰ ਰੈਗੂਲੇਟ ਕਰਨ ਵਾਸਤੇ ਹੋਮਿਓਪੈਥਿਕ ਅਤੇ ਹਰਬਲ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਜਿਹਦੇ ਨਾਲ ਉਹਨਾਂ ਦਾ ਸਾਈਕਲ ਜਿਹੜਾ ਰੈਗੂਲੇਟ ਹੁੰਦਾ। ਕਈ ਬੱਚੀਆਂ ਦਾ ਹੁੰਦਾ ਕਿ ਉਹਨਾਂ ਨੂੰ ਇਤਨੀ ਇਨਫਲੇਮੇਸ਼ਨ ਹੁੰਦੀ ਹੈ ਓਵਰੀਜ਼ ਵਿੱਚ, ਔਰ ਉਹਨਾਂ ਦੇ ਹਾਰਮੋਨ ਬਹੁਤ ਜ਼ਿਆਦਾ ਸਪੈਸ਼ਲੀ ਜਿਹੜੇ ਮੈਨ ਹਾਰਮੋਨ ਟੈਸਟੋਸਟੇਰੋਨ ਹੈ ਉਹ ਬਹੁਤ ਵੱਧ ਜਾਂਦਾ, ਔਰ ਉਹਨਾਂ ਦੀ ਵਜ੍ਹਾ ਨਾਲ ਉਹਨਾਂ ਦੇ ਫੇਸ 'ਤੇ ਵਾਲ ਔਰ ਬਾਡੀ 'ਤੇ ਵਾਲ ਆਉਂਦੇ ਹੈ, ਪੀਰੀਅਡ ਸਹੀ ਨਹੀਂ ਆਉਂਦੇ, ਔਰ ਉਹਦਾ ਇਲਾਜ ਵੀ ਜਿਹੜਾ ਹੋਮਿਓਪੈਥਿਕ ਹਰਬਲ 'ਚ ਬਹੁਤ ਜ਼ਿਆਦਾ ਅੱਛਾ, ਕਿਉਂਕਿ ਐਲੋਪੈਥਿਕ ਡਾਕਟਰ ਯੂਜਲੀ ਉਹ ਬਰਥ ਕੰਟਰੋਲ ਪਿਲਸ ਰੈਕਮੈਂਡ ਕਰ ਦਿੰਦੇ ਆ ਬੱਚਿਆਂ ਨੂੰ, ਈਵਨ ਅਨਮੈਰਿਡ ਬੱਚਿਆਂ ਨੂੰ ਵੀ, ਕਿ ਉਹ ਬਰਥ ਕੰਟਰੋਲ ਪਿਲਸ ਅਗਰ ਲੈਣ ਦੇ ਤਾਂ ਉਹਦੇ ਨਾਲ ਉਹਨਾਂ ਦੇ ਹਾਰਮੋਨ ਰੈਗੂਲੇਟ ਹੋ ਜਾਂਦੇ, ਲੇਕਿਨ ਉਹ ਟੈਂਪਰੇਰੀ ਹੁੰਦੇ ਨੇ, ਤੁਸੀਂ ਇੱਕ ਗੋਲੀ ਰੋਜ਼ ਖਾ ਲੈਂਦੇ ਹੋ ਉਸ ਦਿਨ ਦਾ ਹਾਰਮੋਨ ਪੂਰਾ ਹੋ ਗਿਆ, ਮਹੀਨਾ ਪੂਰਾ ਖਾਣਾ ਪੈਂਦਾ, ਉਹਦੀ ਵਜ੍ਹਾ ਨਾਲ ਕੀ ਹੁੰਦਾ ਕਿ ਬਹੁਤ ਜ਼ਿਆਦਾ ਸਾਈਡ ਇਫੈਕਟ ਹੈ ਕਿ ਉਹ ਓਵਰ ਵੇਟ ਹੋ ਜਾਂਦੇ ਨੇ। ਸਾਡੇ ਕੋਲ ਕਿੰਨੇ ਪੇਸ਼ੈਂਟ ਨੇ ਬੱਚੀਆਂ ਜਿਹੜੀਆਂ ਟੀਨੇਜਰ ਮਤਲਬ ਉਮਰ 'ਚ ਨੇ, ਉਹਨਾਂ ਨੂੰ ਕੀ ਹੈ ਕਿ ਐਲੋਪੈਥਿਕ ਡਾਕਟਰਾਂ ਨੇ ਜਿਸ ਤਰ੍ਹਾਂ ਪੀਰੀਅਡ ਨੂੰ ਰੈਗੂਲੇਟ ਕਰਨ ਵਾਸਤੇ ਉਹਨਾਂ ਨੂੰ ਬਰਥ ਕੰਟਰੋਲ ਪਿਲਸ ਦੇ ਦਿੱਤੀਆਂ, ਔਰ ਉਹਦੀ ਵਜ੍ਹਾ ਨਾਲ ਉਹਨਾਂ ਦਾ ਵੇਟ ਅਗਰ ਉਹ 2-4-6 ਮਹੀਨੇ ਵੀ ਖਾ ਲੈਂਦੀਆਂ ਨੇ ਤਾਂ 50-50 ਪਾਉਂਡ ਵੇਟ ਜਿਹੜਾ ਉਹਨਾਂ ਦਾ ਵੱਧ ਜਾਂਦਾ, ਔਰ ਇੱਕ ਇਹੋ ਡਿਫਰੈਂਟ ਇੱਕ ਨਵਾਂ ਪ੍ਰੋਬਲਮ ਸ਼ੁਰੂ ਹੋ ਜਾਂਦਾ। ਅੱਛਾ, ਇੱਕ ਬਰਥ ਕੰਟਰੋਲ ਪਿਲਸ ਦੀ ਤੁਸੀਂ ਗੱਲ ਕੀਤੀ, ਮੈਨੂੰ ਲੱਗਦਾ ਇੱਕ ਬਹੁਤ ਵੱਡਾ ਸੈਗਮੈਂਟ ਹੋਏਗਾ ਜਿਹੜਾ ਇਸ ਚੀਜ਼ ਨਾਲ ਇਫੈਕਟਡ ਹੁੰਦਾ। ਜੀ ਜੀ ਬਿਲਕੁਲ, ਖਾਸ ਤੌਰ ਜੀ ਜੀ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ, ਉਹਨਾਂ ਨੂੰ ਕੀ ਸਲਾਹ ਦੇਣਾ ਚਾਹੋਗੇ? ਦੇਖੇ, ਕੋਈ ਵੀ ਅਗਰ ਬਰਥ ਕੰਟਰੋਲ ਪਿਲਸ ਲੈ ਰਹੇ ਨੇ, ਹਾਰਮੋਨ ਨੂੰ
बच्चे है ने तुहाडे तुसी होर प्रैगनेंसी नहीं करना चाहते तो फिर बर्थ कंट्रोल पिल्स कर रहे हो तो इस मतलब अगर वो भी वैसे वो वास्ते भी अच्छी चीज़ नहीं है साइड इफेक्ट्स ने लेकिन अक्सर जेडे बच्चियां पीरियड रेगुलेट करने वास्ते बर्थ कंट्रोल पिल्स देंदे है तो उन्होंने चाहिए कि होम्योपैथिक और हर्बल दवाइया शुरू करन ताकि उन्होंने बर्थ कंट्रोल पिल्स ना लैनी पवे और अगर फिर तुम फरदर जिस तरह उम्र वधदी है 30s या 35 च अगर तुहाडे वेट वध रहे है और पीरियड सही नहीं आ रहे तो वो वजह नाल भी प्रैगनेंसी नहीं होंदी। अच्छा होर अगर उम्र तुहाडी 45 साल तो बाद जिस तरह पीरियड बंद होना शुरू होंदे है तुहाडे हारमोन की कमी होना शुरू हो जाती है तो उहदे नाल तुहानू जिहड़े मेनोपॉज सिम्पटम्स होंदे ने घबराहट होंदी है गुस्सा आंदा है हसबेंड नाल अगर कोई भी थोड़ी बहुत गलबात हो जाए तो वह तुहाडा मतलब दिल करता है कि तुसीं उन्होंने कुछ कह दो मतलब उन्हों का माइंड जोड़ा है वह रिलैक्स नहीं होंदा और कई दफ़ा होंदा कि गर्मी बहुत ज़्यादा लगती है कई दफ़ा औरतों को सर्दी बहुत ज़्यादा लगती है और दूसरी गल है कि अपने हसबेंड नाल भी उन्होंने तालुकात जोड़े ने परसनल तालुकात जोड़े सैक्शुअल भी तालुकात ने वो भी दिल नहीं करता उन्होंने क्योंकि हारमोन की कमी की वजह ना प्रॉब्लम होंगे तो उन्होंने औरतों को जोड़े कि मेनोपॉज सिम्पटम और इस तरह के जोड़े मतलब एंगजाइटी नर्वसनैस हार्ट फ्लैशिज यह जो सिम्पटम ने उदे वास्ते भी डॉक्टर जोड़े ने तो हारमोन थेरापी देंदे है जेडे कि टैंपरेरी होंगे कि थोड़े हारमोन वधन लेकिन उन्होंने बहुत ज़्यादा साइड इफेक्ट होंगे है और उदे वास्ते होम्योपैथिक हर्बल जोड़ा बहुत अच्छा इलाज है जिदे नाल उन्होंने हारमोन की कमी की वजह नाल जोड़े उन्होंने सिम्पटम्स हो रहे हैं गुस्सा आ रहा है बहुत ज़्यादा घबराहट हो रही है स्पेशली रात को सौंदियाँ होंगे और कई दफ़ा उन्होंने औरतों इस टाइम पर उन्होंने ब्लड प्रेशर होना शुरू हो जाता है हाई ब्लड प्रेशर होना शुरू हो जाता है तो वह इलाज ब्लड प्रेशर की दवाई नहीं बल्कि उन्होंने इलाज है कि उन्होंने हारमोन लेवल सही हो और उन्होंने जो सिम्पटम्स ने वो ठीक होने तो उसकी वजह से फिर ब्लड प्रेशर भी ठीक हो जाता है। अच्छा ये चाहे देखिए सैगमेंट के बच्चे कि ज़्यादातर जो पेशेंट्स होंगे दे आर नॉट अवेयर उन्होंने जोड़ा राह तुर पेंदे उधर कर लेंगे जी या जो भी दवाई मिली है जिसने किसी ने सलाह दी वो खा जी ये काफ़ी उन्होंने सलाह देना चाहते हो कि बैड इफेक्ट भी होंगे ने जी और इट विल हेल्प मतलब डिटीरियोरेट देयर हेल्थ सेहत पर माड़ा असर पैदा है जी जी बिल्कुल और देखो कोई भी ਤੁਹਾਨੂੰ ਕੋਈ ਪ੍ਰੋਬਲਮ ਹੈ ਤਾਂ ਯੂ ਮਸਟ ਗੋ ਟੂ ਦਾ ਡਾਕਟਰ ਫਾਰ ਚੈੱਕਅਪਸ ਫਸਟ ਇਹ ਨਹੀਂ ਹੁੰਦਾ ਕਿ ਤੁਸੀਂ ਸੌਂਫ ਖਾਂਦੇ ਰਹੋ ਪੁਦੀਨਾ ਪੀਂਦੇ ਰਹੋ ਘਰ ਦੇ ਟੋਟਕੇ ਜਿਹੜੇ ਅਕਸਰ ਲੋਕ ਕਾਲਾਂ ਕਰਕੇ ਪੁੱਛਦੇ ਵੀ ਹੈ ਔਰ ਤੁਸੀਂ ਦੇਖਦੇ ਹੋ ਕਿਤਨੇ ਚੈਨਲਾਂ 'ਤੇ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਲੇਕਿਨ ਮੇਰੀ ਐਡਵਾਈਸ ਇਹ ਹੀ ਹੁੰਦੀ ਹੈ ਕਿ ਤੁਸੀਂ ਆਪਣਾ ਕੋਈ ਵੀ ਅਗਰ ਤੁਹਾਨੂੰ ਕੋਈ ਮੈਡੀਕਲ ਪ੍ਰੋਬਲਮ ਹੈ ਤਾਂ ਫਸਟ ਯੂ ਗੋ ਟੂ ਦਾ ਡਾਕਟਰ ਤੁਹਾਡੇ ਕੋਲ ਇੰਸ਼ੋਰੈਂਸ ਹੈ ਨਹੀਂ ਹੈ ਪੇ ਕਰਕੇ ਤੁਸੀਂ ਆਪਣਾ ਚੈੱਕਅਪ ਜ਼ਰੂਰ ਕਰਾਓ क्योंकि अगर चैकअप हो के सानू पता लग जाएगा डायग्नोस हो जाएगा कि प्रॉब्लम की है फिर उहदा इलाज है उहदा इलाज है अगर तुसी एलोपैथिक करना चाहते हो या अगर एलोपैथिक इलाज नहीं है तुसी होम्योपैथिक हर्बल करना चाहते हो तो वह इस तरह फॉलो करना चाहिए यह नहीं कि तुहाडा हुण पेट का दर्द है तुसी फोन करके पूछ रहे हो जी पेट का दर्द है की कीता जाए सौंफ खा ली जाए या पुदीने का पानी पी लिया जाए इज़ नॉट लाइक दैट प्रॉपर तो तुसी फस्ट अपने डॉक्टर को जाके चैकअप करा के फिर तुसी जो भी डिसाइड करना है अगर होम्योपैथिक हर्बल हूँ कई दफ़ा होंगे ऑलरेडी डायग्नोस होए होंगे है लोग पता होंगे है लेकिन वो दवाइया खा खा के तंग आ चुके होंगे है जिदे विच बहुत ज़्यादा प्रॉब्लम जिहड़ा अजकल शो हो रहा है एक जॉइंट पेन का मसल्स पेन का या पूरी बॉडी पेन का तो उहदा इलाज पेन किलर ही है डॉक्टरों को या फिर सर्जरी है लेकिन होम्योपैथिक हर्बल च उहदा बहुत अच्छा इलाज है जिदे विच कुछ ऑयल वगैरह भी होंदे है साडा थैरा ऑयल है बहुत वेरी इफेक्टिव है उहदी मालिश करनी चाहीदी है जॉइंट फार्मूला है या आर्थराइटिस दा अगर प्रॉब्लम है तो उहदे वास्ते होम्योपैथिक या फिर कई लोगों नूं इनफ्लेमेशन बहुत ज़्यादा होंदी है जिदी वजह नाल जोड़ां च बहुत स्वेलिंग होंदी है तो वह डॉक्टर जिहड़े है स्टेरॉयड उन्हां नूं ज़्यादा रेकमेंड करते हैं और अक्सर वो स्टेरॉयड खा खा के बहुत ज़्यादा साइड इफेक्ट होंदा है तो उन्हां नूं चाहिए कि होम्योपैथिक हर्बल च बहुत ज़्यादा इस चीज़ का मतलब इफेक्टिव ट्रीटमेंट है और स्लोली स्लोली यह काम करेगा लेकिन मतलब दवाइयाँ अंग्रेजी दवाइया तो जान छुट जाती है और बंदे की सेहत भी अच्छी होनी शुरू हो जाती है ट्रीटमेंट स्लो है पर सक्सेसफुल है जी बिल्कुल हाँ जी। अच्छा एक ऐसी टेंडेंसी देखिए जिस तरह लोगों को कुछ भी प्रॉब्लम होती है वो दवाई लेंदे ने डॉक्टर को जाके जरा टेंपरेरी रिलीफ आता है तो बाकी सारिया दवाइया छड़ देंगे जी दे डोंट ईवन गो नैक्सट टाइम जो डॉक्टर साहब ने कहा भी हफ्ते बाद आओ दस दिन जी जी दे डोंट ईवन गो उन्होंने लगता है भी दो दवाइया दो डोज खा हाँ जी ठीक है तो वट काइंड ऑफ एडवाइस यू वॉन्ट टू गिव टू व्यूअर्स कि जिस तरह
ਜਿਹੜਾ ਆਪਾਂ ਹੋਮਿਓਪੈਥੀ ਦਾ ਹਰਬਲ ਦਾ ਇਲਾਜ ਹੈ ਤੇ ਉਹਦਾ ਇੱਕ ਟ੍ਰੀਟਮੈਂਟ ਤੁਸੀਂ ਕਿਹਾ ਕਿ ਲੰਬਾ ਹੈ ਥੋੜਾ ਜਿਹਾ, ਬਟ ਉਹ ਸਕਸੈਸਫੁਲ ਹੈ, ਸਲੋ ਹੈ ਬਟ ਸਕਸੈਸਫੁਲ ਹੈ। ਤੇ ਇਹ ਵੀ ਹੁੰਦਾ ਕਿ ਕੁਝ ਟੈਂਪਰੇਰੀ ਰਿਲੀਫ ਕਰਕੇ ਫਿਰ ਡਾਕਟਰ ਸਾਹਿਬ ਕੋਲ ਦੁਬਾਰਾ ਨਹੀਂ ਗਏ। ਅੱਛਾ, ਲੰਬੇ ਇਲਾਜ ਦਾ ਇਹ ਹੈ ਕਿ ਅਗਰ ਕਈਆਂ ਨੂੰ ਪ੍ਰੋਬਲਮ ਬਹੁਤ ਲੌਂਗ ਟਾਈਮ ਤੋਂ ਹੈ, ਕਰੋਨਿਕ ਪ੍ਰੋਬਲਮਸ ਨੇ, ਤੇ ਉਹਦਾ ਇਲਾਜ ਲੰਬਾ ਹੋਏਗਾ। ਅਗਰ ਤੁਹਾਨੂੰ ਬਲੱਡ ਪ੍ਰੈਸ਼ਰ ਹੈ, ਸ਼ੂਗਰ ਹੈ, ਉਹ ਇੱਕ ਦੋ ਡੋਜ਼ ਖਾ ਕੇ ਵੀ ਤੁਹਾਡੇ ਰਾਈਟ ਹੋਵੇ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਜਾਂਦਾ। ਔਰ ਦੂਸਰੀ ਰਿਲੀਫ ਹੈ, ਹਾਂਜੀ ਬਿਲਕੁਲ, ਸਭ ਚੀਜ਼ਾਂ ਦਾ ਇਲਾਜ ਲੰਬਾ ਨਹੀਂ ਹੈ। ਮਤਲਬ ਹੁਣ ਤੁਹਾਨੂੰ ਅਗਰ ਜੁਆਇੰਟ ਪੇਨ ਹੈ, 10-20 ਸਾਲ ਤੋਂ ਤੁਹਾਡੇ ਗੋਡੇ ਜਿਹੜੇ ਨੇ ਜਵਾਬ ਦੇ ਚੁੱਕੇ ਨੇ, ਹੁਣ ਤੁਸੀਂ ਅਗਰ ਹੋਮਿਓਪੈਥਿਕ ਹਰਬਲ ਦਵਾਈ ਸ਼ੁਰੂ ਕਰੋਗੇ ਤਾਂ ਉਹ ਥੋੜ੍ਹਾ ਟਾਈਮ ਲੱਗੇਗਾ ਉਹਨੂੰ ਸਹੀ ਹੋਣੇ 'ਚ। ਮਤਲਬ ਬਹੁਤ ਘੱਟ ਜਿਹੜੀਆਂ ਚੀਜ਼ਾਂ ਜਿਹਨਾਂ 'ਚ ਲੰਬਾ ਟਾਈਮ ਲੱਗਦਾ, ਜੀ ਇਹਦੇ ਵਿੱਚ ਵੀ ਇਮੀਡੀਏਟ ਰਿਲੀਫ ਹੈ ਜੋ ਲੋਕਾਂ ਨੂੰ ਇੱਕ ਮਿਸਕਨਸੈਪਸ਼ਨ। ਬਿਲਕੁਲ, ਜਿਹੜਾ ਤੁਹਾਡਾ ਬਲੱਡ ਪ੍ਰੈਸ਼ਰ ਹੈ, ਸ਼ੂਗਰ ਹੈ, ਰਾਈਟ ਵੀ ਉਹਦੇ ਨਾਲ ਫਰਕ ਪੈਂਦਾ। ਹੁਣ ਅਕਸਰ ਸ਼ੂਗਰ ਵਾਲੇ ਬੰਦਿਆਂ ਦਾ ਜਿਹੜਾ ਪੇਸ਼ੈਂਟ ਦਾ ਗੱਲ ਕਰਾਂਗਾ ਕਿ ਉਹ ਜਦੋਂ ਵੀ ਹੋਮਿਓਪੈਥਿਕ ਦਵਾਈ ਖਾਣਾ ਚਾਹੁੰਦੇ ਨੇ, ਔਰ ਪਹਿਲਾ ਸਵਾਲ ਉਹਨਾਂ ਦਾ ਇਹ ਹੀ ਹੁੰਦਾ ਕਿ ਡਾਕਟਰ ਸਾਹਿਬ ਇਹ ਕਿ ਬਿਲਕੁਲ ਠੀਕ ਹੋ ਜਾਏਗੀ, ਮਤਲਬ ਕਿੰਨੇ ਅਰਸੇ 'ਚ ਬਿਲਕੁਲ ਠੀਕ ਹੋਏਗੀ, ਅਤੇ ਉਹਦੇ ਵਾਸਤੇ ਹੈ ਕਿ ਬਿਲਕੁਲ ਠੀਕ ਹੋਣ ਵਾਸਤੇ ਉਹ ਲੋਕ ਨੇ ਜਿਹੜੇ ਕਿ ਜਿਹਨਾਂ ਦੀ ਸ਼ੂਗਰ ਰਾਈਟ ਹੋਵੇ, ਡਾਇਗਨੋਸ ਹੋਈ ਹੈ, ਥੋੜ੍ਹੇ ਅਰਸੇ ਹੀ ਹੋਇਆ ਜੇ ਸ਼ੁਰੂ ਹੋਈ ਹੈ, ਜਾਂ ਇੰਨਾ ਲੰਬਾ ਟਾਈਮ ਨਹੀਂ ਹੋਇਆ ਡਾਇਬਟੀਜ਼ ਦਾ, ਅਤੇ ਉਹ ਉਹਨਾਂ ਲੋਕਾਂ ਦਾ 4-6 ਮਹੀਨੇ ਦਵਾਈ ਖਾ ਕੇ ਠੀਕ ਵੀ ਹੋ ਜਾਂਦੇ ਨੇ ਬਿਲਕੁਲ, ਔਰ ਆਪਣੇ ਖਾਣੇ ਪੀਣੇ ਦਾ ਵੀ ਟੇਕ ਕੇਅਰ ਕਰਨ। ਅੱਛਾ, ਜਿਹਨਾਂ ਲੋਕਾਂ ਨੂੰ ਅੰਗਰੇਜ਼ੀ ਦਵਾਈ ਉਹ ਖਾ ਰਹੇ ਹੈ ਸ਼ੂਗਰ ਦੀ, ਅਤੇ ਉਹਨਾਂ ਦਾ ਇਹ ਹੋਏਗਾ ਕਿ ਉਹਨਾਂ ਦੀ ਟੇਪਰ ਆਫ ਹੋ ਜਾਏਗੀ, ਔਰ ਅਗਰ ਹੋਮਿਓਪੈਥਿਕ ਹਰਬਲ ਦਵਾਈ ਖਾ ਕੇ ਤੁਹਾਡੀ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ ਅਤੇ ਉਹ ਜ਼ਿਆਦਾ ਬਿਹਤਰ ਹੈ, ਰਾਦਰ ਦੈਨ ਕਿ ਤੁਸੀਂ ਅੰਗਰੇਜ਼ੀ ਦਵਾਈਆਂ ਖਾ ਖਾ ਕੇ, ਉਹ ਤੁਹਾਨੂੰ ਖਾਣੀ ਪਏਗੀ ਦਵਾਈ। ਮਤਲਬ ਅਗਰ ਤੁਹਾਡੀ ਲੌਂਗ ਟਾਈਮ ਤੋਂ ਸ਼ੂਗਰ ਹੈ, ਅਗਰ ਸੁਪਰ ਡਾਇਬੈਟਿਕ ਫਾਰਮੂਲਾ, ਸਾਡਾ ਕਿਤਨੇ ਸਾਡੇ ਹਜ਼ਾਰੋਂ ਪੇਸ਼ੈਂਟ ਨੇ ਜਿਹੜੇ ਹੈ ਖਾ ਰਹੇ ਹੈ, ਆਪਣੇ ਡਾਕਟਰ ਕੋਲ ਚੈੱਕਅਪ ਕਰਾਉਂਦੇ ਹੈ, ਜਾਂਦੇ ਉੱਥੇ ਹੈ ਚੈੱਕ ਕਰਾਉਣ ਵਾਸਤੇ, ਲੇਕਿਨ ਦਵਾਈ ਇਹ ਖਾਂਦੇ ਹੈ। ਇਸ ਤਰ੍ਹਾਂ ਬਲੱਡ ਪ੍ਰੈਸ਼ਰ ਦੀ ਦਵਾਈ, ਸ਼ੂਗਰ ਦੀ ਦਵਾਈ, ਥਾਇਰਾਇਡ ਦੀ ਜਾਂ ਹੋਰ ਐਂਟੀ ਐਲਰਜਿਕ ਦਵਾਈਆਂ ਜਿਹੜੀਆਂ, ਕਿਉਂਕਿ ਡਾਕਟਰ ਮਤਲਬ ਐਲੋਪੈਥਿਕ ਦੀ ਅਗਰ ਐਲਰਜੀ ਦੀ ਦਵਾਈ ਹੈ, ਉਹ ਇੱਕ ਗੋਲੀ ਰੋਜ਼ ਖਾ ਲਓ, ਲੇਕਿਨ ਕਦੋਂ ਤੱਕ ਖਾਓਗੇ? ਥਾਇਰਾਇਡ ਦੀ ਦਵਾਈ ਹੈ, ਇਸ ਤਰ੍ਹਾਂ ਹੀ ਉਹ ਇੱਕ ਅੰਗਰੇਜ਼ੀ ਦਵਾਈ ਹੈ, ਰੋਜ਼ ਖਾਈ ਜਾਓ ਇਸੇ ਤਰ੍ਹਾਂ। ਲੇਕਿਨ ਹੋਮਿਓਪੈਥਿਕ ਹਰਬਲ 'ਚ ਜਦੋਂ ਦਵਾਈ ਤੁਸੀਂ ਸ਼ੁਰੂ ਕਰਦੇ ਹੋ ਤਾਂ ਉਹਦੇ ਆਸਤੇ ਆਸਤੇ ਉਹਦਾ ਅਸਰ ਹੋ ਕੇ ਔਰ ਤੁਸੀਂ ਅੰਗਰੇਜ਼ੀ ਦਵਾਈਆਂ ਤੋਂ ਤੁਹਾਡੀ ਛੁੱਟ ਜਾਂਦੀ ਹੈ। ਔਰ ਸ਼ੂਗਰ ਵਾਲੇ ਬੰਦੇ ਨੇ ਜਾਂ ਬਲੱਡ ਪ੍ਰੈਸ਼ਰ ਦੀ ਜਿਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਹੈ, ਅਗਰ ਉਹ ਹੋਮਿਓਪੈਥਿਕ ਹਰਬਲ ਦਵਾਈਆਂ ਖਾਂਦੇ ਰਹਿੰਦੇ ਨੇ ਤਾਂ ਉਹਨਾਂ ਦਾ ਉਹ ਬਲੱਡ ਪ੍ਰੈਸ਼ਰ ਵੀ ਕੰਟਰੋਲਡ ਹੈ, ਸ਼ੂਗਰ ਵੀ ਕੰਟਰੋਲ ਹੈ, ਔਰ ਉਹਦੇ ਨਾਲ ਉਹ ਕਾਫੀ ਸਾਈਡ ਇਫੈਕਟ ਤੋਂ ਬਚ ਜਾਂਦੇ ਨੇ। ਸਪੈਸ਼ਲੀ ਜਿਹੜੀ ਹੁਣ ਅਸੀਂ ਸ਼ੁਰੂ 'ਚ ਗੱਲ ਕਰ ਰਹੇ ਸੀ ਕਿ ਸੈਕਸ਼ੂਅਲ ਵੀਕਨੈਸ ਜਿਹੜੀ ਹੈ ਮੈਨ ਨੂੰ ਸਪੈਸ਼ਲੀ, ਉਹ ਉਹਨਾਂ ਦਵਾਈਆਂ ਦੀ ਵਜ੍ਹਾ ਨਾਲ ਵੀ ਹੈ ਕਿ ਅਗਰ ਉਹ ਅੰਗਰੇਜ਼ੀ ਦਵਾਈਆਂ ਲੌਂਗ ਟਾਈਮ ਤੋਂ ਖਾ ਰਹੇ ਹੈ ਤਾਂ ਉਹ ਸੈਕਸ਼ੂਅਲ ਵੀਕਨੈਸ ਵੀ ਉਹਨਾਂ ਨੂੰ ਹੋ ਜਾਂਦੀ ਹੈ ਬਿਕਾਜ਼ ਆਫ ਦ ਦਵਾਈਆਂ ਦੀ, ਅੰਗਰੇਜ਼ੀ ਦਵਾਈਆਂ ਦੀ ਵਜ੍ਹਾ ਨਾਲ। ਅਤੇ ਜਿਸ ਤਰ੍ਹਾਂ ਦਵਾਈਆਂ ਤੁਸੀਂ ਦੱਸ ਰਹੇ ਹੋ ਲੋਕ ਖਾਣ, ਲੋਕ ਇਹਨਾਂ ਨੂੰ ਟ੍ਰੀਟਮੈਂਟ ਨੂੰ ਅੱਗੇ ਕਰਦੇ, ਪਰ ਇਹ ਤੁਸੀਂ ਇੱਕ ਚੀਜ਼ ਦੱਸੋ ਕਿ ਜਿਸ ਤਰ੍ਹਾਂ ਲੋਕਾਂ ਨੂੰ ਕਿਸ ਤਰ੍ਹਾਂ ਦੇ ਕੇਸਿਸ ਤੁਹਾਡੇ ਕੋਲ ਜ਼ਿਆਦਾਤਰ ਆਉਂਦੇ ਨੇ, ਤੁਹਾਡਾ ਨਿਊਯਾਰਕ 'ਚ ਕਲੀਨਿਕ ਹੈ, ਲੋਕ ਇੰਨੇ ਆਉਂਦੇ ਹੋਣਗੇ, ਜੇ ਸਾਡੇ ਦਰਸ਼ਕਾਂ ਨੂੰ ਲਾਸਟ ਪ੍ਰੋਗਰਾਮ ਦੇ ਲਾਸਟ ਵਿੱਚ ਤਾਂ ਦੱਸੋ ਕਿਸ ਤਰ੍ਹਾਂ ਦੇ ਪੇਸ਼ੈਂਟਸ ਤੁਹਾਡੇ ਕੋਲ ਜਿਹੜੀ ਚੀਜ਼ ਅਸੀਂ ਡਿਸਕਸ ਕਰ ਰਹੇ ਹਾਂ ਜੀ, ਸੈਕਸੁਅਲ ਪ੍ਰੋਬਲਮ ਨੂੰ ਲੈ ਕੇ ਕਿਸ ਤਰ੍ਹਾਂ ਦੇ ਮਰੀਜ਼ ਆ ਜਾਂਦੇ ਆ ਜ਼ਿਆਦਾਤਰ? ਸੈਕਸੁਅਲ ਵੀਕਨੈਸ ਦੇ ਜਿਹੜੇ ਮਰੀਜ਼ ਆਉਂਦੇ ਆ, ਅਕਸਰ ਇਹ ਹੁੰਦਾ ਕਿ ਉਹ ਮਤਲਬ ਮਿਡਲ ਏਜ ਹੁੰਦੇ ਹੈ, ਜਾਂ ਉਹਨਾਂ ਨੂੰ ਕੰਮ ਵਗੈਰਾ ਬਹੁਤ ਜ਼ਿਆਦਾ ਕਰਦੇ ਹੈ, ਸਟ੍ਰੈਸ ਬਹੁਤ ਜ਼ਿਆਦਾ ਹੁੰਦਾ, ਔਰ ਆਪਣੇ ਖਾਣੇ ਪੀਣੇ 'ਤੇ ਜਾਂ ਐਕਸਰਸਾਈਜ਼ ਜਾਂ ਰੈਸਟ 'ਤੇ ਨਹੀਂ ਤਵੱਜੋ ਦਿੰਦੇ, ਅਤੇ ਇੱਕ ਤਾਂ ਉਹਨਾਂ ਨੂੰ ਅਸੀਂ ਇਹ ਐਡਵਾਈਸ ਕਰਦੇ ਹਾਂ ਕਿ ਤੁਸੀਂ ਮਤਲਬ ਆਪਣਾ ਰੈਸਟ ਵੀ ਕਰਿਆ ਕਰੋ, ਖਾਣਾ ਟਾਈਮ 'ਤੇ ਖਾਇਆ ਕਰੋ, ਨੀਂਦ ਪੂਰੀ ਕਰਿਆ ਕਰੋ, ਜਿਹੜੀ ਕਿ ਬਹੁਤ ਜ਼ਰੂਰੀ ਹੈ, ਔਰ ਨਾਲ ਹੋਮਿਓਪੈਥਿਕ ਹਰਬਲ ਦੇ ਜਿਹੜੇ ਸਪਲੀਮੈਂਟ ਨੇ, ਮੇਲ ਫਾਰਮੂਲਾ ਹੈ, ਟ੍ਰਾਈਬੈਸਟ ਹੈ, ਜਾਂ ਇਸ ਤਰ੍ਹਾਂ ਦੇ ਹੋਰ ਦਵਾਈਆਂ ਨੇ ਹੋਮਿਓਪੈਥਿਕ ਦੀਆਂ ਜਿਹੜੀਆਂ ਕਿ ਇਸਤੇਮਾਲ ਕਰੋ ਤਾਂ ਕਿ ਤੁਹਾਨੂੰ ਪ੍ਰੋਬਲਮ ਹੀ ਨਾ ਹੋਵੇ। ਮਤਲਬ ਪ੍ਰੀਵੈਂਸ਼ਨ ਇਜ਼ ਆਲਵੇਜ਼ ਬੈਟਰ, ਔਰ ਅਗਰ ਜਿਨ੍ਹਾਂ ਨੂੰ ਜ਼ਿਆਦਾ ਪ੍ਰੋਬਲਮ ਹੈ ਤਾਂ ਉਹਨਾਂ ਨੂੰ ਫਿਰ ਸਪੈਸ਼ਲ ਹੋਰ ਕਿਸੇ ਕਿਸਮ ਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਜਿਹਦੇ ਨਾਲ ਉਹਨਾਂ ਦੀ ਸੈਕਸ਼ੂਅਲ ਵੀਕਨੈਸ ਜਿਹੜੀ ਹੈ ਉਹ ਠੀਕ ਹੁੰਦੀ ਹੈ। ਔਰ ਅਕਸਰ ਤਾਂ ਅੱਜ ਕੱਲ੍ਹ ਹਰ ਉਮਰ ਦੇ ਲੋਕਾਂ ਨੂੰ ਇਹ ਪ੍ਰੋਬਲਮ ਹੋ ਰਿਹਾ, ਬੱਚਿਆਂ ਦੇ 20-21 ਸਾਲ ਦੇ ਬੱਚਿਆਂ ਨੂੰ ਵੀ ਇਹ ਪ੍ਰੋਬਲਮ ਹੈ, ਵੱਡਿਆਂ ਨੂੰ ਵੀ ਪ੍ਰੋਬਲਮ ਹੈ, ਬਜ਼ੁਰਗਾਂ ਨੂੰ ਵੀ ਜ਼ਿਆਦਾ ਪ੍ਰੋਬਲਮ ਹੈ, ਅਤੇ ਉਹਨਾਂ ਵਾਸਤੇ ਉਹਨਾਂ ਨੂੰ ਉਸ ਜਿਹੜਾ ਉਹਨਾਂ ਨੂੰ ਪ੍ਰੋਬਲਮ ਹੈ ਉਸ ਹਿਸਾਬ ਨਾਲ ਦਵਾਈ ਦਿੱਤੀ ਜਾਂਦੀ ਹੈ। ਕੋਈ ਇਹ ਇੱਕ ਦਵਾਈ ਨਹੀਂ ਕਿ ਸਭ ਨੂੰ ਸੈਕਸ਼ੂਅਲ ਵੀਕਨੈਸ ਵਾਸਤੇ ਇੱਕੋ ਹੀ ਦਵਾਈ ਮਤਲਬ ਦੇ ਦਿੱਤੀ ਜਾਏ, ਉਹਨਾਂ ਦਾ ਜਿਹੜਾ ਅੰਡਰਲਾਈਂਗ ਪ੍ਰੋਬਲਮ ਨੇ ਉਹਨਾਂ ਨੂੰ ਠੀਕ ਕਰਨ ਵਾਸਤੇ ਦਵਾਈ ਦਿੱਤੀ ਜਾਂਦੀ। ਤੁਸੀਂ ਇਹ ਵੀ ਸੁਜੈਸਟ ਕਰ ਦਿਓਗੇ ਇੱਕ ਦਵਾਈ ਖਾਣ ਦਾ ਇੰਨਾ ਕੋਰਸ ਹੈ, ਇੰਨੇ ਲੰਬੇ ਟ੍ਰੀਟਮੈਂਟ ਤੱਕ, ਲੋਕਾਂ ਨੂੰ ਵਿੱਚ ਨਹੀਂ ਛੱਡਣਾ ਚਾਹੀਦਾ? ਹਾਂ, ਬਹੁਤ ਅੱਛਾ ਤੁਸੀਂ ਪੁਆਇੰਟ ਨੋਟ ਕੀਤਾ, ਲੋਕਾਂ ਮੈਂ ਨੋਟ ਕੀਤਾ ਕਿ ਲੋਕੀ ਦਵਾਈ ਖਾ ਕੇ ਉਸ ਨੂੰ ਛੱਡ ਦਿੰਦੇ ਆ। ਹਾਂ ਜੀ, ਆਈ ਸੀਨ ਲੋਟ ਆਫ ਪੇਸ਼ੈਂਟਸ ਜੋ ਅਗਲੀ ਵਾਰ ਜਾਣਗੇ ਨਹੀਂ ਡਾਕਟਰ ਦੇ ਕੋਲ, ਆਰਾਮ ਤੇ ਆ ਗਿਆ ਕੀ ਕਰਨਾ ਚਾਹੀਦਾ। ਹਾਂ, ਤੇ ਇਹ ਮੈਂ ਰਿਕੁਐਸਟ ਕਰਾਂਗਾ ਕਿ ਹੋਮਿਓਪੈਥਿਕ ਜਿਹੜੀ ਦਵਾਈ ਫਸਟ
फस्ट टाइम जिहड़े जिन्हां लोकां नूं पता है होम्योपैथिक हर्बल और साढ़े नालों मतलब वो दवाई होम्योपैथिक हर्बल खाते ऑलवेज, तो जिहड़े लोग फस्ट टाइमर ने जिन्हां नूं लोक कई रैकमेंड करते हैं जी तुसीं इह तुहानूं प्रॉब्लम है जाओ होम्योपैथिक हर्बल दवाई खाओ, हुण अगर तुहानूं प्रॉब्लम लोंग टाइम तो है तो मैं रिक्वेस्ट करांगा तुहानूं कि नवें जिहड़े यूज करने वाले ने होम्योपैथिक वो दवाई नूं जरा लगातार 2-3 महीने खाण ते उहदे नाल ही उहनां नूं रिजल्ट आएगा। अक्सर लोग कॉल करते हैं 1 महीने की दवाई मंगा लेंगे और वो कुछ टाइम खाते हैं, कहीं टाइम तो नहीं खाधी, 1 महीने की दवाई 2 महीने ख़त्म की और फिर समझते हैं कि भाई आराम नहीं आया और होम्योपैथिक हर्बल दवाई भाई काम नहीं करती। दैट्स नॉट ट्रू। हाँ जी, तुसी कंटिन्यू दवाई खाओ लगातार 2-3 महीने लगातार, स्पैशली जिहड़े जॉइंट द प्रॉब्लम है या हार्मोनल प्रॉब्लम ने इस तरह दी प्रॉब्लम लोंग टाइम दवाई खा के ही तुसी रिजल्ट तुहानूं मिलेगा। मतलब डॉक्टर साहब की एडवाइस है कि जो तुहानूं दस्या जाए वो ट्रीटमेंट मुकम्मल करो, जो कोर्स दस्या जाए वो दवाइयाँ पूरियां खाओ और डॉक्टर साहब जो कहन कि नैक्सट टाइम इस तरीक नूं आना है इस टाइम आना है तो यू मस्ट गो एंड मीट हिम, तो ही तुहाड़ा इलाज मुकम्मल होएगा। जिस तरह इन्होंने दस्या कि होम्योपैथी और हर्बल दे विच हर बीमारी का इलाज है, जो असी जो सब्जेक्ट सैक्सुअल वीकनेस से गल की एदा ते बहुत अच्छा शानदार इलाज इस सैगमेंट के है डॉक्टर साहब के कोल है। डॉक्टर साहब नाल तुसी 7183963600 ते गल कर सकते हो, इन्हों फोन करके अपनी जो भी तुहाड़ी परसनल प्रॉब्लम है उन्होंने टैक्सट करके तुसी लिख सकते हो, एंड यू कैन ऑलवेज से कि डॉक्टर साहब यह टाइम है तुसी मेरे नाल गल करो और ही विल ऑलवेज गेट बैक टू यू, और तुसी इन्हां नाल टाइम फिक्स करो। न्यूयॉर्क दे विच इन्हां दा जैक्सन हाइट्स दे विच क्लीनिक है, उत्थे जाके डॉक्टर साहब नूं तुसी मिल सकते हो। डॉक्टर साहब इस बहुत ही अहम टॉपिक ते अज असीं चर्चा की, सानूं इन्ने सारे ईमेल्स आए सी कि लोग सानूं उम्मीद है कि साडे दर्शकां नूं उहनां दा जवाब मिल गया होएगा। और डॉक्टर चौधरी साहब साडे स्टूडियो तुसीं आए, साडे नाल गलबात की, साडे दर्शकां दी जिहड़ी समस्यावां सी उहनां दा समाधान किया, इसलिए बहुत बहुत शुक्रिया। थैंक यू जी। तुहाडा अगले एपीसोड च दर्शको तुहानूं फिर मिलांगे और डॉक्टर चौधरी नूं इह पुछांगे कि होर कीड़ियां चीज़ां दा इलाज उहनां दे कोल है और तुसीं इह उहनां कोल जा सकते हो। तो यह प्रोग्राम इत्थे खत्म हुंदा, अगले हफ्ते फिर मिलांगे। सत श्री अकाल।